मेरी गल सुन लो तुसी ध्यान नाल, बापू अपने नाल रहे मैनू कोई प्रॉब्लम नहीं हैगी, ते घर दे काम करा मैनू उहदे च भी कोई प्रॉब्लम नहीं। बस गल ये है कि जे उहने कट्ठ दे विच रह के काम नहीं करना फिर उहनू तुसी अज ही कह दो भाई अपना अड्ड हो जा। नहीं माड़ी मोटी शर्म कर लो, चार पंज जी आपां घर च, तुसी किवें पंचायत लवा रखी है, माड़ा मोटा दो दो गुल्लियां ने सानू दोने भाइयां नू पका के दे दिया करो, शर्म कर लो शर्म, अड्ड होण वाली गल्लां करी जांदी। मैं कर दी अड्ड होने वाली गल्लां, गल्लां तो ओह कर दी तुसी, उहनू तां कुछ कहिंदे नहीं, सारे जणे मैनू कहिण लग जांदे हो। की कहां उहनू हुण, मैं सोहणा लगदा मैं उहनू कहिंदा, जाके वीरे नू कह दो उहनू समझावे चंगी तरां, उहदे दिमाग दे विच पावे कुछ। चल कोई ना, माड़ा मोटा दिमाग तो कम लै लो, बापू दी शर्म कर लो। इस घर च बापू दी शर्म करके ही मैं बैठी हां हुण तक, जे बापू दी शर्म सी ना अज तक तुसी देखे, 8 साल हो गए मैनू इस घर च बैठी नूं। चल कोई ना, माड़ा मोटा तां देख घरां च चलदा रहिंदा, जिवें सियाणे करनगे ओवें ठीक है, बाला बोलण दी लोड़ नहीं हैगी। सारी रिश्तेदारियां मैं भुगतावां, जिथे आना जाना मैं भुगतावां, आप तां किते जांदी नहीं, कोई कम नहीं करदी घर दे विच, सारा दिन अंदर बैठी रहिंदी है। नहीं जहे जे माहौल चो आई है न्याणी है भाई, मैं भी न्याणी करके बोलदी रही हां उहनूं, हुण गल्लां तां देख लै सियाणियां वालियां करन लग गई उह। चल कोई ना, जादे ना तुसी उह करया करो, लग रहे ने बापूर भी गल्लां करन, जिवें उह करन। मेरी गल सुन ला, नाले फिर मैं कड़ा थोनू इह गल कहिंदी वी अपने भरा तों अड्ड हो जा, हैं घर तों ही अड्ड होण नूं कहिंदी आ, जे नहीं मन्नदी तां उह, मैं तां कहिंदी नहीं अपने भरा नाल भाई वरती जा, बस साडियां नहीं बणदी, बस मैं थोनू इह गल दसदी, मैं तां नाले तों ना रहि के खुश वी नहीं, जिहड़ी जनानी जो सवेर तों लगदी आ बोलण, हटदी नहीं पौंकणों। ਕੀ ਲੱਗ ਰਿਹਾ ਬਈ ਲੱਕੜਾਂ ਆ ਸਮਾਰਨਾ? ਓਏ ਮੈਂ ਕਿਹਾ ਚੱਲ ਉਹ ਤਾਂ ਨਹੀਂ ਕਰਦੀਆਂ ਕੰਮ ਆਪਦੀ ਜਿੱਦ ਚ, ਮੈਨੂੰ ਤਾਂ ਹੁਣ ਇਹ ਕਰਨਾ ਹੀ ਪਊ। ਇਸੇ ਗੱਲ ਦਾ ਤਾਂ ਪਾਈ ਰੋਣਾ, ਦੇਖ ਮੈਂ ਤਾਂ ਤੈਨੂੰ ਆਏ ਕਹਿੰਦੀ ਆ ਵੀ ਮੇਰੀ ਗੱਲ ਮੰਨ ਲੈ, ਆ ਨਿੱਤ ਨਿੱਤ ਦਾ ਕਲੇਸ਼ ਕਰੇ ਚੰਗਾ ਨਹੀਂ ਹੁੰਦਾ, ਹੁਣ ਤਾਂ ਗੱਲ ਆਪਣੇ ਘਰ ਚ ਹੈ, ਜੇ ਗੱਲ ਬਾਹਰ ਬਾਗੀ ਫਿਰ ਆਵੇਂ ਆਪਣੇ ਘਰੇ ਪੰਚਾਇਤਾਂ ਹੋਣਗੀਆਂ, ਆਪਾਂ ਸਰਪੰਚਾਂ ਮੈਂਬਰਾਂ ਕੋਲੇ ਫਿਰਾਂਗੇ, ਆਏ ਨੀ ਪਤਾ ਥਾਣੇ ਦਵਾਰਿਆਂ ਚ ਫਿਰੀਏ ਕਚਹਿਰੀਆਂ ਚ ਫਿਰੀਏ, ਫਿਰ ਜਾਦੇ ਜਲੂਸ ਨਿਕਲੂ। ਉਹ ਇਸੇ ਗੱਲ ਦਾ ਤਾਂ ਰੋਣਾ ਹੈਗਾ, ਇਸੇ ਗੱਲ ਦਾ ਤਾਂ ਰੋਣਾ ਹੈ, ਜੇ ਆਈ ਇਹ ਚੱਲਦਾ ਰਿਹਾ ਨਾ, ਮੇਰੀ ਤਾਂ ਇਹ ਸਾਰੇ ਪਿੰਡ 'ਚ ਐ ਮਿੱਟੀ ਪਲੀਤ ਹੋ ਜੂ, ਮੈਂ ਕੀ ਮੂੰਹ ਲੈ ਕੇ ਜਾਊਂਗਾ ਬਾਹਰ। ਵੇ ਭਾਈ ਆਪਦੀ ਅਕਲ ਨੂੰ ਹੱਥ ਮਾਰ, ਪਰ ਇਹਨਾਂ ਦਾ ਜਿਹੜਾ ਅੜਿਆ ਗੱਡਾ ਕੱਢਦੇ ਪਰੇ, ਕਰਦੇ ਇੱਕ ਪਾਸਾ ਇਹਨਾਂ ਦਾ, ਕਿਉਂ ਕਰੇ ਕਿਚ ਕਿਚ ਕਰੀ ਹੈਗੀ। ਚੱਲ ਆਪਾਂ ਕਰਦੇ ਹਾਂ ਗੱਲ, ਚੱਲ ਆ ਜਾ। ਮੈਂ ਤੈਨੂੰ ਸੁਣਦਾ ਨਹੀਂ, ਇੱਧਰ ਬਾਪੂ ਹਾਕਾ ਮਾਰੀ ਜਾਂਦਾ। ਫਿਰ ਮੈਂ ਕੀ ਕਰਾਂ ਜੇ ਮਾਰੀ ਜਾਂਦਾ ਹਾਕਾ, ਤੇ ਜਾ ਕੇ ਆਪਦੀ ਗੱਲ ਸੁਣ ਲਓ ਉਹਦੀ। ਸਿੱਧੇ ਮੂੰਹ ਗੱਲ ਕਰ ਲਿਆ ਕਰ, ਤੈਨੂੰ ਬੁਲਾਈ ਜਾਂਦਾ ਨਹੀਂ, ਬਾਹਰੇ ਆ ਜਾਓ, ਨਾਲੇ ਉਹਨੂੰ ਬੁਲਾਉਂਦਾ, ਉਹ ਅੰਦਰ ਬੜੀ ਬੈਠੀ ਹੈ। ਕੋਈ ਨਹੀਂ, ਬਾਹਰ ਤਾਂ ਮੈਂ ਵਗ ਜਾਂਦੀ ਹਾਂ, ਪਰ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣੋ, ਆਪਦੇ ਪਿਓ ਦੇ ਕੰਨਾਂ ਵਿੱਚ ਦੀ ਗੱਲ ਕੱਢ ਦੇ, ਵੀ ਜਿਹੜਾ ਵੀ ਫੈਸਲਾ ਲੈਣਾ ਸਾਡੇ ਪੱਖ ਦਾ ਲਵੇ, ਨਾਲੇ ਜ਼ਮੀਨ ਦੀ ਰਹੀ ਗੱਲ ਉਹ ਵੀ ਆਪਦੇ ਨਾਮ ਕਰਵਾ ਲਓ। ਅੱਗ ਤਾਂ ਜ਼ਮੀਨ ਪਿੱਛੇ ਲੱਗੀ ਹੋਈ ਹੈ, ਜਵਾਬ ਕੀ ਦੇਤਾ ਸੀ ਨੇ ਵੀ ਹਾਂ ਸਾਡੇ ਨਾਮ ਨਾ ਕਰਵਾ, ਉਦਣ ਦੀ ਮੱਛੀ ਬੈਠੀ ਹੈ, ਨਾਲੇ ਅਗਲਾ ਪੱਖ ਫੇਰ ਕਰੂ, ਜੇ ਮਾੜਾ ਮੋਟਾ ਕੰਮ ਦਾ ਡੱਕਾ ਤੋੜੇਗੀ। ਅਰੇ ਬਿੱਲੀ ਮੋਬਾਈਲ ਚਲਾਈ ਜਾਂਦੀ ਰਹਿਣੀ ਹੈ ਸਾਰਾ ਦਿਨ। ਜੇ ਮੈਂ ਇੰਨੀ ਮਾੜੀ ਲੱਗਦੀ ਹਾਂ ਫਿਰ ਮੈਂ ਵਗ ਜਾਂਦੀ ਹਾਂ ਆਪਦੇ ਪੇਕੇ, ਕੱਢ ਦਿਓ ਮੈਨੂੰ ਇਸ ਘਰੋਂ ਜੇ ਨਹੀਂ ਜੇ ਰਹਿ ਜਾਂਦਾ ਤਾਂ, ਪਰ ਮੈਨੂੰ ਮੁੜ ਕੇ ਇਹ ਨਾ ਕਈ ਵੀ ਮਨ ਪਰੇ ਛੇਤੀ ਆ ਜਾ, ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ। ਆਹੀ ਕੁਛ ਕਰਨ ਜਾਣਦੀ ਹੈ, ਇਹ ਤਾਂ ਨਹੀਂ ਹੈ ਵੀ ਘਰ ਵਸਾ ਕੇ ਦਿਖਾ ਦਾਂ ਮੈਂ। ਹਾਂ ਤੁਸੀਂ ਬੜੇ ਘਰ ਵਸਾਉਣ ਵਾਲੇ ਕੰਮ ਕਰਦੇ ਹੋ। ਕੰਮ ਕਰਦੇ ਹੋ, ਮੇਰੀ ਗੱਲ ਸੁਣ ਲਾ, ਮੈਨੂੰ ਵੀ ਪਤਾ ਤੈਨੂੰ ਵੀ ਪਤਾ ਵੀ ਲੜਾਈ ਕਿਹਦੇ ਸਿਰੋਂ ਹੁੰਦੀ ਹੈ। ਮੇਰੇ ਨਾਲ ਬੜਾ ਔਖਾ ਭਾਰਾ ਹੋਣ ਦੀ ਲੋੜ ਨਹੀਂ, ਜੇ ਬੋਲਣਾ ਹੁੰਦਾ ਨਾ ਉਹਨਾਂ ਅੱਗੇ ਬੋਲਿਆ ਕਰ, ਉਹਨਾਂ ਅੱਗੇ ਤਾਂ ਗੂੰਗਾ ਬਣ ਕੇ ਖੜ ਜਾਣਾ। ਬੋਲਣਾ ਕੀ ਇਹ ਤਾਂ ਦੱਸਦੇ, ਗਲਤੀ ਤੇਰੇ 'ਚ ਹੁੰਦੀ ਹੈ। ਫੇਰ ਹੀ ਬੋਲੂੰ, ਮੈਨੂੰ ਪਤਾ ਵੀ ਸਾਰਾ ਦਿਨ ਭਰਜਾਈ ਕੰਮ ਕਰਦੀ ਰਹਿੰਦੀ, ਤੜਕੀ ਉੱਠਦੀ ਹੈ ਟਾਈਮ ਨਾਲ, ਉਹ ਆਥਣ ਤੱਕ ਉਹੀ ਕੰਮ ਕਰਦੀ ਹੈ। ਮੈਂ ਹੀ ਗਲਤੀਆਂ ਦਾ ਪੁਤਲਾ, ਤੁਸੀਂ ਸਾਰੇ ਰੱਬ ਹੋ ਜਿੰਨੇ ਘਰ 'ਚ ਫਿਰਦੇ ਹੋ। ਨਾ ਨਾ ਗਲਤ ਤਾਂ ਅਸੀਂ ਹਾਂ, ਬੁੜੇ ਨੂੰ ਪਤਾ ਨਹੀਂ ਹੋਈ ਜਾਂਦਾ। ਆ ਜਾ ਹੁਣ ਅੱਗੇ ਲਾ ਕੇ ਤੁਰ ਪੈ, ਕਿ ਮੇਰੇ ਨਾਲ ਹੀ ਅੱਡਾ ਲਾਏਂਗੇ ਇੱਥੇ ਬੈਠ ਕੇ। ਆਉਣਾ ਚੱਲ ਤੂੰ, ਇਹਦੀ ਮਾਂ ਦੀ ਧੀ ਹੈ ਨਾ, ਨਾਲੇ ਪਤਾ ਆਪਦੇ ਆਪ ਨੂੰ ਵੀ ਸਾਰਾ ਕਰਿਆ ਕਰਾਇਆ ਮੇਰਾ, ਨਾ ਡੱਕਾ ਤੋੜੇ ਨਾ ਜਵਾਨ ਬੋਲਣ ਹਟੇ ਜੀ। ਦੇਖ ਲੈ ਭਾਈ ਹਾਲ ਤੱਕ ਨਹੀਂ ਨਿਕਲੀ ਅੰਦਰੋਂ, ਉਹਨਾਂ ਨੂੰ ਕੀ ਪਤਾ ਨਹੀਂ ਵੇਪਾ ਉਰੇ ਬੈਠੇ ਆ। ਕੀ ਕਹਿਣੀ ਹੈ ਭਰਜਾਈ? ਓਹੋ ਵੇ ਭਾਈ ਆਹ ਮਸ਼ੀਨ ਜੀ ਸੈੱਟ ਕਰ ਲੈ, ਤੇਰਾ ਤਾਂ ਆਪ ਹੀ ਪੰਗਾ ਹੋ ਗਿਆ। ਐਂ ਕਹਿੰਦੀ ਤੀ ਮੈਂ ਤਾਂ, ਮੈਂ ਕਿਹਾ ਦੇਖ ਲੈ ਹਾਲ ਤੱਕ ਨਹੀਂ ਨਿਕਲੀ ਅੰਦਰੋਂ। ਉਹ ਤੂੰ ਹੀ ਬੁਲਾ ਲੈ ਭਾਈ ਇਹਨਾਂ ਨੂੰ, ਮੱਥੋਂ ਫੇਰ ਜ਼ਿਆਦੇ ਬੋਲਿਆ ਜਾਂਦਾ, ਨੀ ਸੁਣਦਾ ਨੀ ਸਾਨੂੰ, ਕਿਹੜੇ ਵੇਲੇ ਦੇ ਬੈਠਿਆ ਸੀ ਅੰਦਰ ਆਏ ਉਰੇ, ਹੁਣ ਚਿੱਠੀ ਪੱਤਰ ਕੋਈ ਲੱਗ ਤੋਂ ਭੇਜੀਏ। ਤਾਈ ਮੈਂ ਤਾਂ ਆ ਗਈ, ਉਧਰ ਜੋੜੀ ਨੂੰ ਬੁਲਾ ਲਾ, ਕਦੋਂ ਦੇ ਅੰਦਰ ਵੜੇ ਨੇ, ਇਹ ਤਾਂ ਐ ਬਹਿਦੇ ਜਿਵੇਂ ਅੱਜ ਇਹਨਾਂ ਦਾ ਵਿਆਹ ਹੋਇਆ ਹੁੰਦਾ,
ਪਤਾ ਨਹੀਂ ਇਹਨੇ ਇਹੋ ਜਿਹਾ ਕੀ ਉਹਦੇ ਸਿਰ ਦੇ ਵਿੱਚ ਘੋਲ ਕੇ ਪਿਆ ਤਾਂ ਉਹਦੀਆਂ ਹੀ ਗੱਲਾਂ ਕਰੀ ਜਾਂਦਾ। ਹਾਂ ਹਾਂ ਮੈਂ ਤਾਂ ਉਹਨੂੰ ਘੋਲ ਕੇ ਪਿਆ ਤਾਂ ਜਿਹੜਾ ਕੁਝ ਪਿਆਉਣਾ ਸੀ ਤੂੰ ਦੱਸ ਕੀ ਕਰ ਲੈਂਦੀ ਐਂ ਕਰ ਚੱਲ ਮੈਂ ਤਾਂ ਇਹਨੂੰ ਪੈ ਤੂੰ ਵੀ ਆਪਦੇ ਵਾਲੇ ਨੂੰ ਪਿਆਰਾ ਕਰ ਲੈ ਉਹਨੂੰ ਬਸ ਜਿਹਾ ਹੁੰਦਾ ਤੇਰੇ ਕੋਲ। ਦੇਖ ਲੈ ਨਹੀਂ ਸੋਨੂੰ ਵੱਡੇ ਛੋਟੇ ਦੀ ਜਮੀ ਸੰਗ ਸ਼ਰਮ ਨਹੀਂ ਹੈਗੀ ਕਿੰਨਾ ਚੀਕਦੀ ਹੋ ਭਾਈ ਤੁਸੀਂ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਸੌਣ ਲੱਗੇ ਭਾਈ ਤੂੰ ਕਹੇਗਾ ਕਿਹੋ ਜਿਹੀਆਂ ਗੱਲਾਂ ਕਰਦੀ ਉਹਦਿਆ ਹੀ ਮੈਂ ਤਾਂ ਉਹਦੇ ਜਾ ਕੇ ਘਰੇ ਦੋ ਗੋਲੀਆਂ ਲਈਆਂ ਫਿਰ ਕਿਤੇ ਸਿਰ 'ਚ ਦਰਦ ਹੋਣੋਂ ਹਟਿਆ। ਨਾ ਮੁੰਡੇ ਗੱਲ ਸੁਣ ਲਓ ਮੇਰੀ ਸੋਨੂੰ ਇਕੱਠੇ ਰਹਿਣ 'ਚ ਕੋਈ ਇਤਰਾਜ਼ ਤਾਂ ਨਹੀਂ ਜੇ ਭਾਈ ਕੋਈ ਇਤਰਾਜ਼ ਹੈ ਤਾਂ ਦੱਸ ਦਿਓ ਹੁਣ ਕਰ ਲੈਂਦੇ ਕੋਈ ਹੱਲ। ਉਹ ਨਾ ਨਾ ਬਾਪੂ ਸਾਨੂੰ ਦੋਹੇ ਭਾਈਆਂ ਨੂੰ ਕੋਈ ਇਤਰਾਜ਼ ਨਹੀਂ ਕੰਡਾ ਤਾਂ ਇਹਨਾਂ ਦੋਨਾਂ ਦੇ ਰੜਕਦਾ ਇਹਨਾਂ ਦੀ ਕਰਦੇ ਹੱਲ। ਹਾਂ ਮੁੰਡਾ ਤੂੰ ਵੀ ਦੱਸ ਦੇ ਭਾਈ ਜੇ ਕੋਈ ਤੈਨੂੰ ਇਤਰਾਜ਼ ਹੈ ਤਾਂ। ਮੈਨੂੰ ਕੀ ਇਤਰਾਜ਼ ਹੋਣਾ ਬਾਪੂ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਜਿਵੇਂ ਕਰਨਾ ਕਰ ਦੋ ਬਸ ਮੈਨੂੰ ਤਾਂ ਕਲੇਸ਼ ਨੇ ਬੜੇ ਘਰ ਚ ਕਲੇਸ਼ ਨਾ ਹੋਵੇ ਦੁਬਾਰੇ ਜੇ ਮਰਜ਼ੀ ਨਿਬੇੜ ਦੋ। ਦੇਖ ਫਿਰ ਮੇਰਾ ਫੈਸਲਾ ਇਹ ਹੈ ਜੇ ਨਿਬੇੜਨਾ ਤਾਂ ਇੱਕ ਟਾਈਮ ਰੋਟੀ ਇਹ ਪਕਾਊ ਇੱਕ ਟਾਈਮ ਰੋਟੀ ਪਕਾਊ ਇਹ ਆਥਣ ਦੀ ਠੀਕ ਹੈ ਆਪਸ ਵਿੱਚ ਵੰਡ ਲੈਣ ਕੰਮ ਇੱਕ ਟਾਈਮ ਝਾੜੂ ਪੋਚਾ ਉਹ ਕਰੂ ਇੱਕ ਟਾਈਮ ਇਹ ਕਰੂ ਝਾੜੂ ਪੋਚਾ ਠੀਕ ਹੈ ਜੇ ਦੋਨਾਂ ਚੋਂ ਜਿਹੜੀ ਨੇ ਵੀ ਕੰਮ ਨਾ ਕਰਿਆ ਮੈਨੂੰ ਕੋਈ ਲੜਾਈ ਕਲੇਸ਼ ਦੁਬਾਰੇ ਲੱਗੀ ਮੈਂ ਚੱਕ ਉਹਨੂੰ ਪੇਕੀ ਛੱਡ ਕੇ ਆਊਂ ਆਪ। ਠੀਕ ਹੈ ਫਿਰ ਬਾਪੂ ਜਿਵੇਂ ਠੀਕ ਹੈ ਭਾਈ ਤੁਹਾਨੂੰ ਓਹੋ ਬਈ ਆ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗ ਗਏ ਜਦੋਂ ਪਸ਼ੂ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਉਹ ਨਹੀਂ ਆਪਦੀ ਆਦਤ ਤੋਂ ਜਾਂਦਾ ਹੁੰਦਾ ਚਾਹੇ ਜਿੰਨੀਆਂ ਮਰਜ਼ੀ ਡਾਂਗਾ ਮਾਰ ਦੋ ਪਸ਼ੂ ਦੇ ਇੱਕ ਦੋ ਦਿਨ ਸੁਧਰੂ ਦੁਬਾਰੇ ਫਿਰ ਉਹੀ ਹੀਲਾ ਕਰੂਗਾ ਕਿਉਂ ਬਈ ਘਰ ਚ ਕਲੇਸ਼ ਪਾਇਆ ਫਿਰ ਇੱਥੇ ਪੰਚਾਇਤਾਂ ਹੋਣਗੀਆਂ ਫਿਰ ਕੋਈ ਫਾਇਦਾ ਨਿਕਲੂ। ਚਾਚੀ ਐਵੇਂ ਕਿਵੇਂ ਪੰਚਾਇਤਾਂ ਹੋਣਗੀਆਂ ਇਹਦਾ ਮੂੰਹ ਤੇ ਤਾਂ ਹੈਗੀਆਂ ਨੇ ਪੁੱਛ ਲੈਣੇ ਇਹਨਾਂ ਨੂੰ ਠੀਕ ਹੈ ਸੋਨੂੰ ਹੁਣ ਮਨਜ਼ੂਰ ਹੈ ਮੈਨੂੰ ਨਹੀਂ ਮਨਜ਼ੂਰ ਬਾਪੂ ਲੈ ਕਰ ਲੋ ਕਿ ਉਹਨੂੰ ਭਾਂਡਾ ਪਰ ਦੱਸੇਗਾ ਵੀ ਹੁਣ ਕਈ ਖੜੇ ਰਹੇਗਾ ਦੱਸੇਗਾ ਕੀ ਯਾਰ ਬਣਿਆ ਕੀ ਕੁਛ ਤਾਂ ਦੱਸ ਗੁਰਵਿੰਦਰ ਸੈਨ ਸੂਨ ਜੇ ਤਾਂ ਮੈਥੋਂ ਉਹਨਾਂ ਨੇ ਕਰਵਾ ਲਏ ਸੀਗੇ ਫਾਰਮ ਹੁਣੇ ਹਾਂ ਫਾਰਮ ਜੇ ਭਰਾ ਲਏ ਸੀਗੇ ਮੈਨੂੰ ਤਾਂ ਲੱਗਦਾ ਨੀ ਯਾਰ ਵੀ ਕੁਛ ਕਰੂ ਮੈਡਮ ਜੀ ਉਹ ਯਾਰ ਐਂ ਥੋੜੀ ਲੱਗੂਗਾ ਤੈਨੂੰ ਅੱਜੇ ਨਾ ਕਿਤੇ 5 ਕਰੋੜ ਦਾ ਚੈੱਕ ਫੜਾ ਦਿਓ ਟਾਈਮ ਤਾਂ ਲੱਗਦਾ ਹੁੰਦਾ ਚੰਗੇ ਕੰਮ ਨੂੰ ਹੁਣ ਪੱਕੀ ਗੱਲ ਹੈ ਉਹੀ ਤਾਂ ਗੱਲ ਹੁਣ ਮਾੜਾ ਮੋਟਾ ਸਬਰ ਤਾਂ ਰੱਖ ਯਾਰ ਮੈਂ ਤਾਂ ਤੇਰੇ ਤੇ ਆਸ ਉਮੀਦ ਕਰਕੇ ਦੇਖ ਵਗ ਗਿਆ ਉਹਦੇ ਲਵੇ ਯਾਰ ਮੈਂ ਨਹੀਂ ਨਹੀਂ ਕਦੇ ਇਹੋ ਜਿਹੇ ਕੰਮ 'ਚ ਫਸਿਆ ਕਿਤੇ ਉਹੀ ਕੰਮ ਨਾ ਹੋ ਜੇ ਫਿਰ ਹੈ ਬਾਅਦ 'ਚ ਕੱਚੀ ਗੱਲ ਹੋ ਜੇ ਉਹ ਯਾਰ ਕੱਚੀ ਗੱਲ ਨੂੰ ਕਿਹੜਾ ਤਾਂ ਉਹਦੇ ਵਿੱਚ ਪੈਸੇ ਲਾਏ ਨੇ ਯਾਰ ਵੀ ਤੇਰੇ ਉਹ ਡੁੱਬ ਜਾਣਗੇ ਤੂੰ ਤਾਂ ਐਵੇਂ ਟੈਨਸ਼ਨ ਲਈ ਬੈਠਾ ਯਾਰ ਕੰਮ ਹੌਲੀ ਹੌਲੀ ਬਣਦੇ ਹੁੰਦੇ ਨੇ ਇਹ ਬਾਈ ਬਣ ਕੇ ਤੂੰ ਮਾੜੀ ਮੋਟੀ ਤੈਨੂੰ ਤਾਂ ਜਾਣਦਾ ਹੋਏਗਾ ਉਹਨਾਂ ਨੂੰ ਹਨਾ ਤੂੰ ਸਿਫਾਰਿਸ਼ ਸਪੂਰਿਸ਼ ਪਾ ਦੀ ਯਾਰ ਉੱਥੇ ਉਹ ਚੱਲ ਕੋਈ ਗੱਲ ਨਹੀਂ ਉਹ ਤਾਂ ਮੈਂ ਕਰ ਲੂੰ ਸਾਰੀ ਗੱਲਬਾਤ ਇਹ ਤਾਂ ਆਪਣੀ ਉੱਥੇ ਪੂਰੀ ਚੱਲਦੀ ਆ ਬਾਈ ਬਣ ਕੇ ਯਾਰ ਚੰਗਾ ਕਹਿ ਦੀ ਵੀ ਮੇਰਾ ਆਪਦਾ ਬੰਦਾ ਹੈ ਚੰਗਾ ਓਏ ਹਰ ਕਹਿ ਦੂੰ ਤਾਂ ਹੀ ਤਾਂ ਤੈਨੂੰ ਨੰਬਰ ਦਿੱਤਾ ਓਏ ਮੈਂ ਮਾੜੇ ਤੋੜੇ ਨੂੰ ਤਾਂ ਨੰਬਰ ਹੀ ਨਹੀਂ ਦਿੰਦਾ ਹੈਗਾ ਨਾ ਬਾਈ ਤੇਰਾ ਬਹੁਤ ਧੰਨਵਾਦ ਯਾਰ ਮੈਂ ਤੇਰਾ ਯਾਰ ਗੁਣ ਸਾਰੀ ਉਮਰ ਨਹੀਂ ਭੁੱਲੂਗਾ ਜੇ ਤੂੰ ਮੇਰਾ ਆਹ ਕੰਮ ਕਰ ਓਏ ਯਾਰ ਗੁਣ ਵਾਲੀ ਕਿੱਡੀ ਗੱਲ ਆ ਯਾਰ ਫੇਰ ਕੀ ਹੋਵੇ ਯਾਰ ਜੇ ਮੈਂ ਹੁਣ ਤੇਰਾ ਕਰਤਾ ਅੱਗੇ ਭਲਾ ਅੱਗੇ ਤੂੰ ਕਿਸੇ ਦਾ ਕਰੇਗਾ ਫੇਰ ਹੀ ਠੀਕ ਹੈ ਇਹ ਤਾਂ ਹੈ ਉਹੀ ਤਾਂ ਗੱਲ ਹੈ ਯਾਰ ਤੂੰ ਐਵੇਂ ਟੈਨਸ਼ਨ ਲਈ ਬੈਠਾ ਬਣ ਜੂ ਕੰਮ ਤੇਰਾ ਬਸ ਠੀਕ ਹੈ ਤੇ ਮੈਂ ਜਾਣਾ ਬਈ ਮੈਂ ਮੇਰੀ ਮਾਂ ਨੂੰ ਦਿੰਦਾ ਜਾ ਕੇ ਖੁਸ਼ਖਬਰੀ ਵੀ ਆਪਣੇ ਦਿਨ ਬਦਲਣ ਵਾਲੇ ਨੇ ਠੀਕ ਹੈ ਹਾਂ ਹਾਂ ਖੁਸ਼ਖਬਰੀ ਦੇ ਜਾ ਕੇ ਫੇਰ ਮਿਲਦੇ ਆ ਆਪਾਂ ਠੀਕ ਹੈ ਠੀਕ ਹੈ ਚੰਗਾ ਗੁਰਵਿੰਦਰ ਚੰਗਾ ਚੰਗਾ ਹੋ ਚੱਲ ਚੱਲ ਦੇਖੀ ਚੱਲ ਤੇਰੇ ਨਾਲ ਬਣਦਾ ਕੀ ਆ ਤੂੰ ਤਾਂ ਆਪਦੀ ਬਰਬਾਦੀ ਦੇ ਦਿਨ ਆਪ ਹੀ ਨੇੜੇ ਲਿਆਈ ਜਾਂਦਾ ਪਤੰਦਰਾ ਚੱਲ ਮੈਂ ਵੀ ਜਾ ਕੇ ਕਰਾਂ ਮੈਡਮ ਨਾਲ ਗੱਲ ਨਾ ਹੁਣ ਕੱਲ ਤੋਂ ਨਹੀਂ ਮਨਜ਼ੂਰ ਤੈਨੂੰ ਨਾ ਇਹ ਕੀ ਮਤਲਬ ਅੱਜ ਅਸੀਂ ਇੱਕ ਟਾਈਮ ਕੰਮ ਨਾ ਕਰਾਂਗੇ ਤਾਂ ਸਾਨੂੰ ਪੇਕੇ ਛੱਡ ਕੇ ਆਉਂਗੇ ਬੇਇੱਜ਼ਤੀ ਕਰਵਾਉਣ ਨਾਲ ਚੰਗਾ ਨਾ ਹੁਣ ਹੀ ਅੱਡ ਕਰ ਦੋ ਮੈਨੂੰ ਤਾਂ ਭਾਂਡੇ ਅੱਡ ਚੱਲਦੇ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਉਹਦਾ ਮੁੱਦਾ ਹੀ ਇਹ ਆ ਮੇਰੇ ਤੋਂ ਤਾਂ ਨਾ ਐਡੇ ਟੱਬਰ ਦਾ ਕਚੀਰਾ ਹੋਵੇ ਨਾ ਮੈਂ ਕਿਸੇ ਦਾ ਕੰਮ ਕਰਾਂ ਨਹੀਂ ਮੈਂ ਭਾਈ ਆਪਦੇ ਪੇਕੇ ਹੁਣ ਹੀ ਵਗਦੇ ਨੇ ਦੇਖ ਲੈ ਭਾਈ ਇਹ ਨਹੀਂ ਬਾਈ ਕੱਟ ਸਕਦੀ ਆ ਹਾਂ ਮੱਥੋਂ ਚਹੇ ਲਖਿਆ ਕੇ ਲੈ ਲੈ ਤੂੰ ਇਹ ਤਾਂ ਗੱਲ ਸਹੀ ਹੈ ਆ ਛੋਟੀ ਤਾਂ ਬੋਲਣੋਂ ਨਹੀਂ ਹਟਦੇ ਸ਼ਰਮੀ ਮੈਨੂੰ ਨਾ ਹਟ ਗਈ ਨਾ ਭਾਈ ਗਿੱਠ ਦੀ ਜੀਭ ਲੱਗ ਰਹੀ ਹੈ ਜਦੋਂ ਵੱਡੇ ਫੈਸਲਾ ਲੱਗ ਰਹੇ ਨੇ ਕਰਨ ਤੂੰ ਕਾਹਤੋਂ ਬੋਲਦੀਆਂ ਵਿੱਚ ਬੰਦਾ ਬੈਠਾ ਤੇਰਾ ਬੋਲਣ ਵਾਲਾ ਇਹਨਾਂ ਨੂੰ ਤਾਂ ਤੁਸੀਂ ਬੋਲਣੇ ਨਹੀਂ ਦਿੰਦੀਆਂ ਇਹ ਤਾਂ ਤੂੰ ਬੋਲਦਾ ਹੈ ਇਹ ਤਾਂ ਇਸ਼ਾਰੇ ਤੇ ਨੱਚਦਾ ਹੈ ਇਹਦਾ ਹੋਰ ਸੱਚ ਡਾਂਗ ਮਾਰਾਂ ਮੈਂ ਆਹੋ ਸੋਨੂੰ ਵੀ ਤਾਂ ਦਿਖਦਾ ਹੀ ਆ ਵੀ ਕਿਹੜਾ ਕਿਵੇਂ ਹੈ ਤੇ ਮੈਂ ਤਾਂ 100 ਦੀ ਇੱਕ ਸੁਣਾਤੀ ਕਿਸੇ ਨੂੰ ਦਿਸੇ ਨਾ ਦਿਸੇ ਮੈਂ ਤਾਂ ਹੱਡ ਹੋਣਾ ਆਪੀ ਅੱਡ ਹੁਣ ਤੇ ਤਾਂ ਉੱਤੇ ਦੀਆਂ ਮਿਰਚਾਂ ਲੱਗ ਰਹੀਆਂ ਜਦੋਂ ਨਾਲ ਤੈਨੂੰ ਕਹਿ ਵੀ ਜ਼ਮੀਨ ਸਾਡੇ ਨਾਲ ਲਵੋ ਹਾਂ ਮੇਰਾ ਜ਼ਮੀਨ ਦੀ ਵੀ ਗੱਲ ਸੁਣ ਲੈ ਜਿਹੜੀ ਆ ਨਵੀਂ ਜ਼ਮੀਨ ਬਾਪੂ ਜੀ ਲੈਣੀ ਆ ਉਹ ਅੱਗੇ ਨਾਮ ਕਰਵਾ ਲੈ ਜਿਹੜੀ ਪੁਰਾਣੀ ਜ਼ਮੀਨ ਆ ਉਹ ਭਾਈ ਰੱਖੀ ਨਾ ਰੱਖੀ ਮੇਰੀ ਗੱਲ ਸੁਣ ਲੈ ਚੁੱਪ ਕਰ ਜਾ ਜੇ ਮੈਂ ਤੈਨੂੰ ਜਰੀ ਜਾਣਾ ਇਹਦਾ ਮਤਲਬ ਇਹ ਨਹੀਂ ਤੂੰ ਚਵਰ ਚਵਰ ਬੋਲੀ ਜਾਏਗੀ ਬੋਲੂਗੀ ਮੈਂ ਤਾਂ ਫਿਰ ਥਾਪੜੇ ਵੀ ਖਾ ਲਈ ਐ ਬਿਨਾ ਮਤਲਬ ਚਵਰ ਚਵਰ ਲੱਗੀ ਐ ਹਾਂ ਹੋਰ ਕੱਢ ਲੈ ਜਲੂਸ ਕੱਢ ਲੈ ਜਲੂਸ ਨਾਲੇ ਹੋਰ ਫਿਰ ਹੱਦ ਹੋਈ ਹੁੰਦੀ ਆ ਕਿਸੇ ਗੱਲ ਦੀ ਸਾਰਾ ਦਿਨ ਹੀ ਹਟ ਜੋ ਓਏ ਹਟ ਜੋ ਦੇ ਮੁੰਡੇ ਉਹ ਭਾਈ ਜੇ ਤੈਨੂੰ ਜਲੂਸ ਲੱਗਦਾ ਹੈ ਤੇ ਮੈਂ ਇੱਥੇ ਸਾਹਮਣੇ ਬੈਠਾ ਪਰ ਮੇਰੇ ਸਾਹਮਣੇ ਕੋ ਜ਼ਬਾਨ ਚਲਾਉਣੀ ਆ ਤੂੰ ਬੇ ਭਾਈ ਇਹਦੇ ਬਸ ਦੀ ਗੱਲ ਨਹੀਂ ਹੈਗੀ ਸਿਰ ਤੇ ਚੁੰਨੀਆਂ ਦੇਖ ਲੈ ਦੋਨਾਂ ਦੇ ਨੇ ਨਾ ਸਿਰ ਤੇ ਚੁੰਨੀਆਂ ਲੈਣ ਜਦੋਂ ਸ਼ਰਮ ਹੀ ਨਹੀਂ ਕੋਈ
फिर बापू दी रोटी का भी कोई हल होना चाहिए ਬਾਪੂ ਤਾਂ ਨਾਲੇ ਸ਼ੁਰੂ ਤੋਂ ਕਹਿ ਦੇ ਭਾਈ ਉਹਨੇ ਵੱਡੇ ਮੁੰਡੇ ਨਾਲ ਰਹਿਣਾ ਆ ਸੁਣਦਾ ਬਾਪੂ ਤੇਰੇ ਮੂਰੇ ਬੈਠਾ ਤਾਂ ਸਾਂਝਾ ਰਹੂਗਾ ਜਿੱਦਾਂ ਬਾਪੂ ਦਾ ਜੀ ਕਰੂ ਰੋਟੀ ਖਾ ਲੂ ਬਾਪੂ ਦਾ ਹਿੱਸਾ ਤਾਂ ਸਾਂਝਾ ਹੋਊਗਾ ਮੈਂ ਦੇਖ ਲਿਆ ਇੱਕ ਜਿੱਕੇ ਤੇ ਰਹੂ ਨਾ ਮੈਂ ਤਾਂ ਵੱਡਿਆਂ ਨਾਲ ਰਹੂਗਾ ਵੱਡਿਆਂ ਨਾਲ ਰਹੋ ਭਾਵੇਂ ਛੋਟਿਆਂ ਨਾਲ ਰਹੋ ਜਿਹੜਾ ਬਾਪੂ ਦੀ ਜ਼ਮੀਨ ਦਾ ਹਿੱਸਾ ਉਹ ਤਾਂ ਭਾਈ ਸਾਰਿਆਂ ਨੂੰ ਇੱਕੋ ਜਿਹਾ ਹੀ ਆਊਗਾ ਮੇਰੀ ਗੱਲ ਸੁਣ ਕੁੜੀਏ ਤੂੰ ਚੁੱਪ ਕਰ ਇਹ ਫੈਸਲਾ ਅਸੀਂ ਨਹੀਂ ਆਪੇ ਕਰਨਾ ਕਿਹਨੂੰ ਕਿੰਨੀ ਜ਼ਮੀਨ ਦੇਣੀ ਹੈ ਕਿੰਨੀ ਨਹੀਂ ਦੇਣੀ ਜ਼ਮੀਨ ਜਾਂਦਰ ਵਗ ਜਾ ਕੇ ਛੋਟਾ ਵਸ ਕਹਿੰਦੇ ਤੁਸੀਂ ਤਾਂ ਸਾਨੂੰ ਪਨਾਲ ਵੀ ਨਾ ਦੋ ਭਾਂਡਾ ਠਿੱਕਰ ਵੰਡਣਾ ਚਾਹੇ ਤਾਂ ਭਾਈ ਆਪਦਾ ਆਪ ਵੰਡ ਲਓ ਨਹੀਂ ਵੰਡ ਕੇ ਦੇਵਾਂਗੀ ਮੈਂ ਫਿਰ ਇੱਕ ਗੱਲ ਹੋਰ ਵੀ ਸੁਣ ਲਓ ਕੰਨ ਖੋਲ ਕੇ ਜੇ ਇੱਕ ਦੂਸਰੀ ਦੇ ਚੁੱਲ੍ਹੇ ਤੇ ਚੜੀਓ ਜਾਂ ਦੁਬਾਰੇ ਇਹ ਜਲੂਸ ਦਿਖਾਇਆ ਛੋਟੀਆਂ ਗੁੱਦਨੀਆਂ ਨੇ ਦੋਨਾਂ ਦੇ ਨੂੰ ਮਾਏ ਦੇ ਉਂਗੇੜਾ ਤੇਰੇ ਬਾਪੂ ਤਾਂ ਨਹੀਂ ਤੁਸੀਂ ਲੋਟ ਆਉਂਦੀਆਂ ਜੇ ਵਗ ਜਾ ਦੇਖ ਲੈ ਸਤਨਾਮ ਆਈ ਮੜਾ ਮੈਂ ਤੇਰੇ ਨਾਲ ਗੱਲ ਕਰ ਲਈਏ ਦੇਖ ਲੈ ਭਾਈ ਹੈ ਜ਼ਮੀਨ ਹੀ ਮੰਤੀਆਂ ਕਿਸੇ ਦੀ ਵੱਡੇ ਛੋਟੇ ਦੀ ਸੰਗ ਸ਼ਰਮੇ ਨਹੀਂ ਰਹੀ ਇਹ ਤਾਂ ਟੱਸ ਤੋਂ ਮਸੀ ਨਹੀਂ ਹੁੰਦੀਆਂ ਵੱਡੀ ਤਾਂ ਹਲੇ ਮਾੜੀ ਮੋਟੀ ਆਪਣੀ ਸੰਗ ਸ਼ਰਮ ਵੀ ਮੰਨਦੀ ਛੋਟੇ ਵੱਡੇ ਦੀ ਲਿਆਕਤ ਉਹਨੂੰ ਹੈਗੀ ਆ ਛੋਟੀ ਇਹ ਤਾਂ ਜਮੀ ਹੱਥਾਂ ਚੋਂ ਨਿਕਲ ਕੇ ਕਿਸੇ ਦੀ ਗੱਲ ਨਾ ਸੁਣੇ ਨਾ ਕਿਸੇ ਨੂੰ ਗੱਲ ਕਰਨ ਦੇਵੇ ਉਹ ਇਹ ਤਾਂ ਜਮੀ ਐ ਬਸ ਸਰਿਆ ਪੈਗਾ ਸਾੜਿਆਂ ਨੇ ਨਾ ਸੱਚੀ ਕਹੇਗਾ ਵੀ ਜਨਾਨੀ ਤੋਂ ਬਿਨਾ ਬੰਦੇ ਦਾ ਕੱਖ ਨਹੀਂ ਆ ਕੱਲ ਦੀਆਂ ਆਈਆਂ ਨੇ ਨਾ ਘਰ 'ਚ ਵੰਡੀਆਂ ਪਵਾਉਣੀਆਂ ਸ਼ੁਰੂ ਕਰਤੀਆਂ ਨਾਲੇ ਆਪਣੇ ਨਾਲ ਕਿਹੜਾ ਕੋਈ ਜੱਗ ਤੋਂ ਲੈਦਾ ਹੋਇਆ ਜਿਹਦੇ ਦੋ ਭਾਂਡੇ ਹੁੰਦੇ ਨੇ ਖੜਕਦੀ ਹੁੰਦੇ ਨੇ ਵੰਡੀਆਂ ਤਾਂ ਹੁਣ ਪੈਣੀ ਨਹੀਂ ਦੇਖ ਲੈ ਇਹ ਉਹੀ ਗੱਲ ਐ ਹੁਣ ਆਪਾਂ ਨੂੰ ਕੁਛ ਤਾਂ ਸੋਚਣਾ ਹੀ ਪਊਗਾ ਸੋਚਣਾ ਤਾਂ ਕੀ ਆ ਭਾਈ ਤੂੰ ਸਲਾਹ ਬਾੜੀ ਕਰ ਲਈ ਜਵਾਕਾਂ ਨਾਲ ਮੁੰਡਿਆਂ ਨਾਲ ਵੀ ਜ਼ਮੀਨ ਦਾ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਜੇ ਮੇਰੀ ਲੋੜ ਹੋਈ ਤਾਂ ਭਾਈ ਸਨੇਹਾ ਲਾ ਦੀ ਮੈਂ ਦੁਬਾਰੇ ਆ ਜੂੰਗੀ ਦੱਸ ਦੀ ਫਿਰ ਚਲ ਫਿਰ ਠੀਕ ਆ ਮੈਂ ਕਰਦਾ ਸਲਾਹ ਬਾੜੀ ਹਾਂ ਠੀਕ ਆ ਭਾਈ ਫਿਰ ਮੈਂ ਵੀ ਜਾਣੀ ਆਂ ਚੰਗਾ ਭਰਜਾਈ ਹੁਣ ਮੈਂ ਕਰਾਂ ਤਾਂ ਕਰਾਂ ਕੀ ਆ ਦੇਖਦਾ ਭਗਵਾਨ ਨੇ ਤੂੰ ਤਾਂ ਤੁਰ ਗਈ ਆ ਰਹਿ ਗਿਆ ਮੈਂ ਕੱਲਾ ਤੇ ਅੱਜ ਤੂੰ ਹੁੰਦੀ ਨਾ ਮੈਨੂੰ ਆਹ ਦਿਨ ਦੇਖਣੇ ਨਾ ਪੈਂਦੇ ਇਹਨਾਂ ਨੇ ਜਿਹੜਾ ਮੇਰਾ ਹਾਲ ਕਰ ਰੱਖਿਆ ਨਾ ਉਹ ਮੈਨੂੰ ਹੀ ਪਤਾ ਮੇਰੇ ਦਿਲ ਤੇ ਕੀ ਬੀਤੀ ਹੈ ਅਰੇ ਕੀ ਕੁਛ ਹੋਈ ਜਾਂਦਾ ਯਾਰ ਕਰੀ ਕਿਹੜੇ ਰਾਹ ਪੈ ਗਈ ਜ਼ਿੰਦਗੀ ਹਨ ਸੋਚਿਆ ਦੀ ਯਾਰ ਹਾਂ ਨਹੀਂ ਦੀ ਯਾਰ ਵੀ ਆ ਕੁਛ ਵੀ ਹੋਊਗਾ ਦੇਖਾਂ ਛੋਟਾ ਜਿਹਾ ਪਰਿਵਾਰ ਆ ਵੀ ਬਾਲੇ ਜੀ ਨਹੀਂ ਹੈਗੇ ਘਰ 'ਚ ਇੰਨਾ ਚੀਜ਼ ਲੜਾਈ ਚੱਲੀ ਜਾਂਦੀ ਆ ਹੱਥ ਤਾਂ ਹੀ ਨਹੀਂ ਸਮਝ ਆਉਂਦਾ ਵੀ ਅੱਡ ਹੋਣ ਵਾਲਾ ਕੀ ਮਸਲਾ ਸੀਗਾ ਉਹੀ ਤਾਂ ਗੱਲ ਹੈ ਤਾਰੀ ਯਾਰ ਬਸ ਪਤਾ ਹੀ ਨਹੀਂ ਲੱਗ ਰਿਹਾ ਹਨਾ ਵੀ ਕਰੀਏ ਤਾਂ ਕਰੀਏ ਕੀ ਅਸਲ 'ਚ ਬਈ ਸਾਰਾ ਪਤਾ ਹੀ ਆ ਮੈਨੂੰ ਤਾਂ ਆ ਗਲਤੀ ਸਾਰੀ ਮੇਰੇ ਵਾਲੀ ਦੀ ਹੈ ਦੇਖ ਭਾਬੀ ਨੇ ਐਵੇਂ ਕਹਾ ਸਾਰਾ ਦਿਨ ਕੰਮ ਕਰਦੀ ਹੈ ਬਈ ਹੁਣ ਸਰੀਕਾ ਤਾਂ ਹੁੰਦਾ ਹੀ ਹੈ ਜਦੋਂ ਇੱਕ ਅੰਦਰ ਬੈਠੀ ਉਹ ਦੂਜੀ ਤਾਂ ਬਿਲਕੁਲ ਗਈ ਹੈ ਓਏ ਉਹ ਤਾਂ ਗੱਲ ਤੇਰੀ ਠੀਕ ਹੈ ਮੰਨਦਾ ਮੈਂ ਫਿਰ ਹੁਣ ਆਪਾਂ ਕੁਛ ਕਹਿ ਵੀ ਨਹੀਂ ਸਕਦੇ ਮਨਪ੍ਰੀਤ ਨੂੰ ਚੱਕ ਕੇ ਝੋਲਾ ਬਾਗੀ ਜੇ ਬੇਇੱਜ਼ਤੀ ਤਾਂ ਆਪਣੀ ਹੋਈ ਹੈ ਆਪਾਂ ਨੂੰ ਇਹ ਸੋਚਣਾ ਪੈਣਾ ਵੀ ਆਪਦਾ ਘਰ ਬੰਨ ਕੇ ਰੱਖੀਏ ਬਸ ਬਈ ਜਿਵੇਂ ਮਰਜ਼ੀ ਹੈ ਨਾ ਹੁਣ ਇੱਥੇ ਕੀ ਖਿਚੜੀ ਪਕਾਈ ਜਾਂਦੇ ਹੋ ਤੁਸੀਂ ਖੜ ਕੇ ਖਿਚੜੀ ਕੀ ਪਕਾਣੀ ਹੈ ਕੋਈ ਗੱਲ ਕਰਦੇ ਸਲਾਹ ਕਰਦੇ ਸੀ ਕੋਈ ਅੱਛਾ ਨਾ ਸਲਾਹ ਕਰਨੀ ਹੈ ਮੇਰੇ ਨਾਲ ਅੰਦਰ ਬੈਠ ਕੇ ਵੀ ਤਾਂ ਕਰ ਹੀ ਸਕਦੇ ਹਾਂ ਵੀ ਮਨਪ੍ਰੀਤ ਆਪਾਂ ਹਿੱਸੇ ਆਉਂਦਾ ਭਾਈ ਕੀ ਲੈਣਾ ਕੀ ਛੱਡਣਾ ਉਹਨਾਂ ਨੂੰ ਹੈ ਇੱਥੇ ਤੁਹਾਡੀਆਂ ਬਾਲੀਆਂ ਗੱਲਾਂ ਹੁੰਦੀਆਂ ਅੰਦਰ ਤਾਂ ਅੱਡੋ ਅੱਡ ਹੋਣ ਦਾ ਫੈਸਲਾ ਹੋ ਹੀ ਜਾਂਦਾ ਤੇ ਇਹ ਦੋਨੇ ਮਾਂ ਦੇ ਪੁੱਤ ਇੱਥੇ ਖੜ ਕੇ ਸਲਾਹਾਂ ਕਰੀ ਜਾਂਦੇ ਆ ਮਨਪ੍ਰੀਤ ਹਰ ਵੇਲੇ ਨਹੀਂ ਐਵੇਂ ਬੋਲੀ ਦਾ ਹੁੰਦਾ ਕਿਉਂ ਤੂੰ ਐਵੇਂ ਬੋਲੀ ਜਾਂਦੀ ਹੈ ਕਲੇਸ਼ ਦਾ ਮੂੰਹ ਚੰਗਾ ਨਹੀਂ ਹੁੰਦਾ ਮੇਰੀ ਗੱਲ ਸੁਣੋ ਤੁਸੀਂ ਉਹਦੇ ਨਾਲ ਬੋਲ ਕੇ ਆਪਦਾ ਮੂੰਹ ਨਾ ਖਰਾਬ ਕਰੋ ਉਹਨੂੰ ਅਕਲ ਨਹੀਂ ਹੈਗੀ ਚੁੱਪ ਕਰ ਜਾ ਨਹੀਂ ਜਾਦੇ ਨਾ ਬੋਲ ਜਿਹੜੀ ਤੇਰੀ ਸਿਆਣਪ ਡੋਲ ਪੈਂਦੀ ਉਹ ਵੀ ਮੈਨੂੰ ਦਿਸਦੀ ਆ ਨਹੀਂ ਤੇਰਾ ਹੀ ਮੈਨੂੰ ਪਤਾ ਅੰਦਰ ਕਿੱਦਾਂ ਚਬੜ ਚਬੜ ਕਰਦੀ ਸੀ ਤੂੰ ਤਾਂ ਬਾਪੂ ਦੀ ਵੀ ਸ਼ਰਮ ਕਰਦੀ ਤੇਰੀ ਜੀ ਵੀ ਜ਼ਬਾਨ ਤੇ ਕਿਹੜੀ ਫੈਵੀਕੋਲ ਲਾਈ ਆ ਉਹ ਤਾਂ ਦੱਸ ਦੇ ਚੁੱਪ ਕਰ ਜਾ ਭਾਬੀ ਤੂੰ ਤਾਂ ਚੁੱਪ ਕਰ ਜਾ ਓਏ ਅਜ ਤੱਕ ਅੰਦਰੋਂ ਕਲੇਸ਼ ਤੋਂ ਟਲਦੇ ਮਾਰੇ ਬਾਹਰੇ ਆ ਕੇ ਬੈਠਦੀ ਵੀ 2 ਮਿੰਟ ਗੱਲ ਕਰ ਲਈਏ ਚੱਲ ਕੋਈ ਸਲਾਹ ਮਸ਼ਵਰਾ ਕਰ ਲਈਏ ਇਹ ਆ ਗਈ ਤੂੰ ਆ ਗਈ ਪਤਾ ਨਹੀਂ ਕਿਹੜੀ ਕੰਧ ਨਾਲ ਕੰਨ ਲਾ ਕੇ ਖੜੇ ਰਹਿੰਦੇ ਸਾਨੂੰ 1 ਮਿੰਟ ਖੜਨ ਨਹੀਂ ਦਿੰਦੀਆਂ ਕਿਤੇ ਗੱਲ ਨਹੀਂ ਕਰਨ ਦਿੰਦੀਆਂ ਬਹੁਤ ਵੱਡਾ ਮਹਿਲ ਆ ਨਾ ਆਪਣੇ ਵੀ ਸੁਣਦੇ ਨਹੀਂ ਇੱਕ ਦੂਜੇ ਦੀ ਗੱਲ ਇੱਥੇ ਤਾਂ ਅਸੀਂ ਫਿਰਦੀਆਂ ਸੀ ਮਨਪ੍ਰੀਤ ਮਹਿਲਾਂ ਵਾਲੇ ਕੀ ਰੀਸ ਕਰਨਗੇ ਚਾਰੇ ਪੰਜੇ ਜਣੇ ਅਸੀਂ ਖੁਸ਼ ਸੀਗੇ ਨਾਲੇ ਜੇ ਮਹਿਲ ਹੀ ਦੇਖਣਾ ਸੀ ਨਾ ਤੇਰੇ ਬਾਪੂ ਨੇ ਉਦੋਂ ਦੇਖਣਾ ਸੀ ਜਦੋਂ ਰਿਸ਼ਤਾ ਕਰਨ ਆਏ ਸੀਗੇ ਨਾਲੇ ਆਹੀ ਮਹਿਲ ਸਾਨੂੰ ਤਾਂ ਰੱਬ ਵਰਗਾ ਲੱਗਦਾ ਜਿਸ ਸਭ ਤੁਹਾਡੇ ਲੱਛਣ ਨੇ ਨਾ ਦੋਨਾਂ ਦੇ ਸਾਨੂੰ ਕੁੱਲੀ ਵਾਲਿਆਂ ਕਰੋਗੇ ਮੇਰੇ ਬਾਪੂ ਨੇ ਆਹ ਸ਼ਕਲ ਦੇਖੀ ਸੀ ਮਹਿਲ ਮੂਲ ਕਾਹਨੂੰ ਦੇਖੇ ਸੀ ਫਿਰ ਆਹ ਸ਼ਕਲ ਨਾਲ ਬਣਾ ਕੇ ਰੱਖ ਲੈ ਮਹਿਲ ਤਾਂ ਕੀ ਕਰਾਣਾ ਦੇ ਇਹਨੂੰ ਉਦੋਂ ਹੀ ਦੱਸ ਦਿੰਦਾ ਵੀ ਇਹ ਪਿੰਡ 'ਚ ਨਹੀਂ ਰਹਿਣ ਜੋਗੀ ਇਹਨੂੰ ਕਿਸੇ ਫਲੈਟ ਫਲੂਟ 'ਚ ਲੈ ਜਾਵੇ ਭੱਜ ਜਾ ਦੱਸ ਦੇ ਵੀ ਮੈਂ ਤੈਨੂੰ ਕਿੱਤੇ ਸ਼ਹਿਰ ਨਾਲ ਰੋਬ ਦਿਖਾਇਆ ਜਾਂ ਕਿੱਦੇ ਮੈਂ ਚੋਜ ਕੀਤੇ ਸ਼ਹਿਰ ਨਾਲ ਕੰਮ ਤਾਂ ਤੇਰੇ ਉਹੀ ਨੇ ਕਦੇ ਆਰਡਰਾਂ ਤੇ ਆਨਲਾਈਨ ਕਦੇ ਤੂੰ ਕੁਛ ਮੰਗਾਉਣੀ ਹੈ ਉਦੋਂ ਤਾਂ ਸੂਟ ਵੀ ਆਨਲਾਈਨ ਮੰਗਾਉਣੀ ਹੈ ਹੈ ਤੇ ਫਿਰ ਤੂੰ ਦੁਕਾਨ ਤੇ ਜਾ ਕੇ ਲੈ ਆਉਣੀ ਮੈਂ ਆਨਲਾਈਨ ਘਰੇ ਬੈਠ ਕੇ ਮੰਗਾ ਲੈਣੀ ਹਟ ਜੋ ਅਸੀਂ ਬਗਜੀਏ ਘਰੋਂ ਹਟ ਜੋ
बगाने बंदे तो शर्म कर लो, चाची आई बैठी की कहूगी, वह भी तो पिंड च जाके दसू है किसी भी आ कुछ कर दया ने हो। वे दस लेंदे सारे पिंड नू पता, तू तो आप बग जाना काम ते, लोग इत्थे सारे गल्लां करदे ने इहदियां, ओहदे अगे बोलदी नहीं। हां इहदियां करदे ने, चल ए लड़दी है नाल गल्लां तां तेरियां भी हुंदियां होणगियां, भी ओह भी घट नहीं। भाई मैं तां बेशर्म होई पई आं, तैनूं सही गल दसां, तुसीं होगे बेशर्म, साडे तों नहीं होया जांदा। चल भाई यार असीं ए घरों बाहर भग जांदे, जिथे खड़दे आ उत्थे आ जांदी, साडे तां शर्म पल्ले है। हां कदे गल ना करी तू सिद्धे मूंह निकलिया तू किथे गया थी, हुण आया घरे। मैं कहनू गया थी, मैं कदों दा बैठा आया, तू नहीं आई हैगी, तू किधर गई हुई थी? मैं तां उहनां दी गई थी। ਕਿੰਨਾ ਦੇ ਤਾਰੀਕ ਏ ਹੋਰ ਕਿੰਨਾ ਦੇ ਜਾਣਾ ਮੈਂ? ਅੱਛਾ ਹਾਂ ਹਾਂ, ਬੁਲਾ ਕੇ ਲਗਾਈ ਸੀ ਮੈਨੂੰ, ਓ ਹੋਰ ਸੁਨੇਹਾ ਲਾਇਆ ਸੀ ਕਹਿੰਦੇ ਵੀ ਘਰੇ ਆ ਕੇ ਜਾ। ਬੁਲਾ ਕੇ ਲੈ ਕੇ ਗਈ ਸੀ, ਫਿਰ ਤਾਂ ਗੱਲ ਕੋਈ ਵੱਡੀ ਹੋਣੀ, ਕੀ ਕਰਾ ਕੇ ਆਈਆਂ ਹੈ ਜਾ? ਵੇ ਕਰਾਉਣਾ ਕੀ ਤੀ, ਕਰਾਈ ਨਮੇੜਾ। ਨਮੇੜਾ ਕਰਾਈ? ਲੈ ਹੋਰ ਹੁਣ ਆਪਸ ਚ ਕੱਟਦੀਆਂ ਨਹੀਂ ਤੀ, ਲੜਦੀਆਂ ਤੀਆਂ। ਹਾਂ ਕਰਾ ਤੇ ਭਾਂਡੋ ਅੱਡੋ ਅੱਡ। ਆ ਪਰ ਇੱਕ ਗੱਲ ਹੈ, ਹਲੇ ਤਾਂ ਭਾਂਡੇ ਇਕੱਲੇ ਅੱਡੋ ਅੱਡ ਹੋਏ ਨੇ, ਹੁਣ ਅੱਡੋ ਅੱਡ ਹੋ ਗਏ ਇਹਨਾਂ ਦਾ ਆਪ ਚ ਪੈ ਜੂਗਾ ਫਰਕ, ਇੱਕ ਦੂਸਰੇ ਨਾਲੋਂ ਬੋਲਣੋਂ ਜਮੀ ਹਟ ਜਾਣਗੇ, ਫਿਰ ਉਹ ਦਿਨ ਵੀ ਦੂਰ ਨਹੀਂ ਹੈਗਾ ਜਦੋਂ ਘਰ ਦੇ ਵਿਚਾਲੋਂ ਦੀ ਕੰਧ ਨਿਕਲੂ। ਸਹੀ ਗੱਲ, ਜਦੋਂ ਅੱਡ ਹੋ ਗਏ ਕੰਧ ਤਾਂ ਨਿਕਲੂ ਵੀ ਹੈ ਮਾਂ, ਹੁਣ ਤੂੰ ਥੋੜਾ ਚਿਰ ਹੀ ਲੰਘੂਗਾ ਦੇਖਦੀ ਜਾਈਂ। ਸਹੀ ਗੱਲ ਹੈ ਪੁੱਤ, ਸਹੀ ਗੱਲ ਹੈ। ਅੱਖਾਂ ਚ ਬਹੁਤ ਰੜਕਦੇ ਨੇ ਮਾਂ, ਮੇਰੇ ਵੀ ਇਹ ਮੇਰੇ ਉਦੇ ਦੀ ਅੱਖਾਂ ਚ ਰੜਕਦੇ ਨੇ ਇਹ, ਇਹਨਾਂ ਨੇ ਮੇਰੇ ਬਾਪੂ ਤੋਂ ਕਰਵਾਈ ਤੀ ਨਾ ਜ਼ਮੀਨ, ਧੋਖੇ ਨਾਲ ਨਾ ਕਰਵਾਈ ਤੀ ਨਾ, ਅੱਧੀ ਅੱਧ ਮੁੱਲ ਚ ਨਾ ਕਰਾ ਗਏ ਤੀ ਇਹ ਸਾਈਨ ਕਰਾ ਕੇ। ਕੋਈ ਨਾ, ਬਦਲਾ ਤਾਂ ਲਊਂਗਾ ਇਹਨਾਂ ਤੋਂ ਮੈਂ। ਤੇ ਬਦਲਾ ਪੁੱਤ ਤੂੰ ਕੀ ਬਦਲਾ ਲਏਗਾ? ਬਦਲਾ ਤਾਂ ਮੈਂ ਅੱਧਾ ਤਾਂ ਮੈਂ ਬਦਲਾ ਲੈ ਲਿਆ, ਰਹਿ ਗਿਆ ਅੱਧਾ ਉਹ ਵੀ ਲੈ ਲੂੰ। ਤੇਰੇ ਤਾਂ ਅੱਖਾਂ ਚ ਮਾੜਾ ਮੋਟਾ ਰੜਕਦੇ ਹੋਣੇ, ਮੇਰੀ ਅੱਖਾਂ ਤਾਂ ਉਵੇਂ ਰੜਕਦੇ ਨੇ ਜਿਵੇਂ ਸੁਰਮਿਆਂ ਨਹੀਂ ਹੁੰਦਾ ਡਲੀ ਵਾਲਾ ਰਗੜ ਕੇ ਪਾਉਂਦੇ ਹੁੰਦੇ ਨੇ, ਉਹ ਰੜਕਦੀ ਜੇ ਅੱਖਾਂ ਚ ਜਾਂਦੀ ਨਹੀਂ ਹੈਗੀ, ਮੇਰੇ ਤਾਂ ਐਂ ਰੜਕਦੇ ਨੇ। ਪਰ ਉਹ ਦਿਨ ਦੂਰ ਨਹੀਂ ਹੈਗਾ ਜਿੱਦੇ ਇਹ ਰੜਕਣਾ ਜਮੀ ਚੁੱਕਤੀ ਮੈਂ ਅੱਖ ਚ। ਕੋਈ ਗੱਲ ਨਹੀਂ ਮਾਂ, ਰੱਬ ਆਪਣੀ ਹੌਲੀ ਹੌਲੀ ਸੁਣੂਗਾ, ਤੂੰ ਫਿਕਰ ਨਾ ਕਰ, ਹੁਣ ਇਹਨਾਂ ਦੇ ਭਾਂਡੇ ਤਾਂ ਖੇਡਣ ਲੱਗ ਗਏ, ਤੂੰ ਦੇਖਦੀ ਨਹੀਂ ਇਹਨਾਂ ਦੇ ਭਾਂਡਿਆਂ 'ਚ ਤਾਂ ਤਰੇੜਾਂ ਆਉਣਗੀਆਂ। ਸੁਣੂਗਾ ਕਿਉਂ ਨਹੀਂ ਪੁੱਤ, ਰੱਬ ਨੇ ਆਪਣੀ ਸੁਣਨੀ ਸ਼ੁਰੂ ਕਰਤੀ, ਜਿੱਥੇ ਤੂੰ ਹੋਵੇਂ ਤੇ ਮੈਂ ਹੋਵਾਂ, ਉੱਥੇ ਕਿਸੇ 'ਚ ਬਗਿਆੜ ਨਾ ਪਵੇ। ਇਹ ਤਾਂ ਹੋ ਨਹੀਂ ਸਕਦਾ, ਹੋ ਸਕਦਾ ਹੈ। ਚੱਲ ਮਾਂ ਰੋਟੀ ਦੇ, ਮੈਨੂੰ ਭੁੱਖ ਲੱਗ ਰਹੀ ਹੈ, ਕਦੋਂ ਦਾ ਡੀਕੀ ਜਾਂਦਾ ਮਹਾਂ, ਆਊਗੀ ਆਊਗੀ ਪਤਾ ਨਹੀਂ, ਕਾਂਟਾ ਲਾਤਾ। ਨਾ ਕੀ ਗੱਲ, ਮਾਂ ਤੇਰੇ ਮੂੰਹ 'ਚ ਬੁਰਕੀਆਂ ਪਾਊਗੀ, ਰਸੋਈ 'ਚ ਰੋਟੀ ਪਈ ਤੀ ਚੱਕ ਕੇ ਖਾ ਲੈਂਦਾ। ਇੰਨੀ ਹਿੰਮਤ ਨਹੀਂ ਹੈਗੀ ਚੱਕ ਕੇ ਚੁੱਕ ਕੇ ਖਾਣ ਦੀ। ਪਤਾ ਨਹੀਂ ਤੇਰੀ ਹਿੰਮਤ ਤਾਂ ਕਿੱਧਰ ਰਹਿੰਦੀ ਹੈ, ਕੋਈ ਕੰਮ ਕਾਰ ਵੀ ਸੋਚ ਲਿਆ ਕਰ, ਸਾਰਾ ਦਿਨ ਫਿਰਦਾ ਰਹਿਣਾ ਮੁੰਡਿਆਂ ਨਾਲ ਗੇੜੇ ਦਿੰਦਾ। ਨਾ ਕੀ ਗੱਲ ਮੈਡਮ ਜੀ, ਤੁਸੀਂ ਤਾਂ ਇੱਥੋਂ ਦੇ ਸੱਚਿਓ ਮੈਡਮ ਬਣ ਕੇ ਬਹਿ ਗਏ। ਨਾ ਜੀ ਨਾ, ਕਾਨੂੰ ਅਸਲੀ ਮਾਲਕ ਤਾਂ ਤੁਸੀਂ ਹੋ, ਕਦੇ ਮਾਲਕ ਅੱਗੇ ਵੀ ਸਾਡੀ ਚੱਲੀ ਹੈ। ਉਹ ਨਾ ਨਾ, ਹੌਲੀ ਬੋਲ, ਫਿਲਹਾਲ ਤਾਂ ਤੂੰ ਹੀ ਮਾਲਕ ਆ, ਨਾਲੇ ਮੇਰੇ ਤੋਂ ਉੱਪਰ ਵੀ ਇੱਕ ਮਾਲਕ ਬੈਠਿਆ ਜਿਹਨੇ ਆ ਸਾਰੀ ਗੇਮ ਚਲਾਈ ਹੈ। ਇਹ ਤਾਂ ਮੈਨੂੰ ਵੀ ਪਤਾ, ਤੁਸੀਂ ਦੱਸੋ ਤੁਹਾਡਾ ਕਿਵੇਂ ਆਉਣਾ ਹੋਇਆ? ਉਹ ਹਾਂ ਸੱਚ, ਮੈਂ ਤਾਂ ਤੈਨੂੰ ਇਹ ਯਾਦ ਕਰਾਉਣ ਆਇਆ ਵੀ ਤੂੰ ਆਪਣਾ ਬਣਦਾ ਹੱਕ ਰੱਖ ਲਿਆ, ਕਿਤੇ ਸਾਰੇ ਪੈਸੇ ਉੱਪਰਲੇ ਦੇ ਖਾਤੇ 'ਚ ਜਮ੍ਹਾਂ ਨਾ ਕਰਦੀ। ਓਹੋ, ਤੁਸੀਂ ਤਾਂ ਮੈਨੂੰ ਸੱਚੀ ਭੋਲੀ ਭਾਲੀ ਸਮਝ ਲਿਆ, ਇੰਨੀ ਭੋਲੀ ਮੈਂ ਹੈ ਨਹੀਂ ਜਿੰਨਾ ਤੁਸੀਂ ਮੈਨੂੰ ਸਮਝ ਰਹੇ ਹੋ। ਉਹ ਚੱਲ ਕੋਈ ਨਾ, ਤੂੰ ਆਪਣੇ ਬਣਦੇ ਦੋ ਹਿੱਸੇ ਰੱਖ ਲਈ, ਇੱਕ ਤੇਰਾ ਇੱਕ ਮੇਰਾ। ਉਹ ਪਹਿਲਾਂ ਪਿੰਡ ਤਾਂ ਵਸ ਲੈਣ ਦਿਓ, ਹਲੇ ਮੱਛੀ ਨੂੰ ਤਾਂ ਚਾਰਾ ਪਾਇਆ, ਉਹਨੂੰ ਫਸ ਤਾਂ ਲੈਣ ਦਿਓ। ਉਹ ਚੱਲ ਚੰਗਾ, ਮੱਛੀ ਦਾ ਜਾਲ 'ਚ ਫਸੀ ਪਈ ਆ, ਬਸ ਤੂੰ ਆਪਣਾ ਖਿਆਲ ਰੱਖੀ। ਖਿਆਲ ਤਾਂ ਮੈਂ ਆਪਣਾ ਰੱਖੂੰਗੀ, ਤੁਸੀਂ ਬਸ ਇਹ ਦੱਸੋ ਚਾਹ ਲਓਗੇ ਕਿ ਠੰਡਾ? ਤੁਸੀਂ ਐਂ ਕਰੋ ਕੌਫੀ ਮੰਗਾਓ। ਸਹੀ ਹੈ, ਕੌਫੀ ਮੰਗਾ ਲੈਂਦੇ ਹਾਂ। ਹਾਂ ਛੋਟੂ, ਦੋ ਕੱਪ ਕੌਫੀ ਲਿਆਈ। ਦੇਖ ਕਿਰਤ, ਗੱਲ ਇਹ ਹੈ ਭਰਾਵਾ, ਇੱਥੇ ਤਾਂ ਲੱਗੂ ਸੀ ਟਾਈਮ। ਅੱਛਾ, ਇਹ ਮਿਸਤਰੀਆਂ ਕੋਲ ਤਾਂ ਬਹੁਤ ਕੰਮ ਪਿਆ ਜੀ। ਅੱਛਾ, ਜੇ ਤੈਨੂੰ ਕੋਈ ਜ਼ਿਆਦਾ ਲੋੜ ਆ ਤਾਂ ਮੇਰੇ ਪਿੰਡ ਮਿਸਤਰੀ ਹੋਰ ਹੈਗਾ ਇੱਕ, ਉਹਨੂੰ ਕਹਿ ਦਿੰਦਾ ਮੈਂ। ਤੂੰ ਐਂ ਕਰ, ਜਾਨੂੰ ਹੱਲ ਤਾਂ ਕਰ ਬਈ, ਭੂਆ ਦਾ ਮੁੰਡਾ ਕਾਲੀ ਕਰੀ ਜਾਂਦਾ। ਚੱਲ ਫਿਰ ਕੋਈ ਨਾ, ਜੇ ਤਾਂ ਫੋਨ ਕਰਕੇ ਪੁੱਛ ਲੈ ਉਹਨਾਂ ਨੂੰ। ਹਾਂ ਤੂੰ ਪਤਾ ਕਰਕੇ ਮੈਨੂੰ ਮਿਸਤਰੀ ਦਾ ਹੱਲ ਕਰੇ ਦੇ। ਉਹ ਨਾ ਕਰ ਦੂੰਗਾ ਤਾਂ, ਕਹਿ ਕੇ ਦਿੰਦਾ ਕੰਮ ਤੇਰੇ ਕੋਲੇ। ਕੰਮ ਤਾਂ ਫਿਰ ਐਂ ਕੋਠੀ ਸਟਾਰਟ ਕਰਨੀ ਹੈ, ਠੇਕਾ ਹੀ ਦੇ ਦਾਂਗੇ ਆਪਾਂ ਪੱਕਾ ਹੀ। ਠੇਕਾ ਦੇ ਮੈਂ? ਹਾਂ ਚੱਲ ਮੈਂ ਕਰਦਾ ਗੱਲ, ਤੂੰ ਉਹਦੇ ਨਾਲ ਗੱਲ ਕਰਕੇ ਮੈਨੂੰ ਦੱਸ ਦੇ ਫਾਈਨਲ ਕਰਕੇ। ਓ ਰਹੀ ਮੜਾ ਯਾ, ਚੱਲ ਐਂ ਕਰ ਜਾਨੂੰ ਤੂੰ ਪਤਾ ਕਰ, ਮੈਂ ਕਰਦਾ ਗੱਲ ਕੀ ਕਹਿੰਦਾ ਸਾਡੇ ਵਾਲਾ ਉਹ। ਠੀਕ ਆ ਬਈ। ਇਹ ਉਰੇ ਕੀ ਕਰਦਾ ਫਿਰਦਾ? ਓਏ ਹਾਂ, ਕਿੱਧਰ ਫਿਰਦਾ ਉਰੇ ਤੂੰ? ਕਿਤੇ ਨਹੀਂ, ਮੈਂ ਤਾਂ ਬਾਈ ਲਵੇ ਆਇਆ ਸੀਗਾ। ਅੱਛਾ, ਕੀ ਚੱਕਰ ਪੈ ਗਿਆ? ਕੁਛ ਨਹੀਂ, ਤੂੰ ਕੱਲ ਵੀ ਇਕੱਲੇ ਹੀ ਫਿਰਦਾ ਸੀ ਯਾਰ, ਖੇਤ ਮੈਂ ਦੇਖਿਆ ਤੀ ਸਪਰੇਅ ਕਰਦਾ। ਓਏ ਇਕੱਲਾ ਦਾ ਕੁਛ ਨਹੀਂ, ਉਹ ਤਾਰੀ ਭੇਜਿਆ ਹੋਇਆ। ਕਿੱਥੇ ਭੇਜ ਰਿਹਾ? ਵਿਆਹ ਨਹੀਂ ਹੈ ਦੇਖੋ ਉਹਦਾ ਪਿੰਡ 'ਚੋਂ। ਹਾਂ, ਉਹ ਕਹਿੰਦਾ ਵੀ ਕੱਪੜੇ ਕੱਪੜੇ ਦਵਾ ਲਿਆ, ਤਾਂ ਕਰਕੇ ਫਿਰ ਉਹਨੂੰ ਉਹਦੇ ਨਾਲ ਭੇਜਤਾ ਵੀ ਚੱਲ ਪਿੰਟ ਕੋਟ ਸਮਾ ਦੇ ਉਹਦਾ, ਮੈਂ ਤਾਂ ਇਕੱਲੀ ਕਰ ਲੂੰਗਾ। ਅੱਛਾ, ਲੈ ਉਹ ਤੈਨੂੰ ਝੂਠ ਬੋਲ ਗਿਆ ਹੋ,
ਵਿਆਹ ਕਾਹਨੂੰ ਤੋਂ ਗਿਆ ਤੀ ਕੱਪੜੇ ਦਬਾਉਣ, ਤਾਂ ਮੈਂ ਮੋਟਰ 'ਤੇ ਉੱਥੇ ਆਪਣਾ ਮੋਟਰ ਨਹੀਂ ਹੈਗੀ ਉੱਧਰ ਪਰਲੇ ਪਾਸੇ ਤੁਹਾਡੇ ਵਾਲੇ ਕੋਠੇ ਦੇ ਪਰਲੇ ਪਾਸੇ ਬੈਕ ਸਾਈਡ ਉਹਦੇ, ਠੀਕ ਹੈ, ਉਹਨਾਂ ਦੀ ਮੋਟਰ 'ਤੇ ਬੈਠੇ ਦੇਖੇ ਨੇ ਮੈਂ ਉਹ ਪੋਲੇ ਵਾਲੀ 'ਤੇ। ਹਾਂ ਚੱਲ ਫਿਰ ਕੀ ਹੋ ਗਿਆ, ਉੱਧਰੋਂ ਵਿਹਲੇ ਹੋ ਕੇ ਮੋਟਰ 'ਤੇ ਆ ਗਏ ਹੋਣੇ? ਵਿਹਲੇ ਹੋ ਕੇ ਬਾਈ ਯਾਰ, ਤੂੰ ਇੰਨਾ ਭੋਲਾ ਕਿਉਂ ਹੈ, ਇੰਨਾ ਭੋਲਾ ਕਿਉਂ ਹੈ ਤੂੰ? ਤਾਂ ਹੀ ਤਾਂ ਤੈਨੂੰ ਉਹ ਪਾਗਲ ਬਣਾਉਂਦਾ। ਵਿਹਲੇ ਕਿਉਂ? ਉਹਨੂੰ ਪਤਾ ਤੀ ਬਈ ਸਪਰੇਅ ਕਰਨੀ ਹੈ, ਠੀਕ ਹੈ ਨਾ, ਜਦੋਂ ਅਗਲੇ ਨੂੰ ਪਤਾ ਸਪਰੇਅ ਕਰਨੀ ਹੈ ਟਲ ਗਿਆ ਉਹ, ਗਾਹਾਂ ਤੂੰ ਇਹੋ ਜਿਹਾ ਚੱਕ ਕੇ ਮੈਨੂੰ ਹਾਂ ਕਰਤੀ ਵੀ, ਠੀਕ ਹੈ ਬਈ ਭੱਜ। ਚੱਲ ਕਾਹਨੂੰ ਚੱਕਰਾਂ 'ਚ ਪੈ ਰਿਹਾ, ਫਿਰ ਕੀ ਹੋ ਗਿਆ? ਨਾ ਯਾਰ, ਭਾਈ ਹੈ ਮੇਰਾ, ਮੇਰੇ ਸਿਰ ਤੇ ਲੈ ਲੂਗਾ ਨਜ਼ਾਰੇ। ਕਾਹਨੂੰ ਯਾਰ ਬਾਈ, ਗਲਤ ਗੱਲ ਹੈ, ਇੱਕ ਸੱਚ ਮੈਨੂੰ ਤਾਂ ਛੋਟਾ ਭਾਈ ਕੀ ਮੈਂ ਪਤਾ ਲੱਗਿਆ ਤੁਹਾਡੇ ਬਾਰੇ ਯਾਰ, ਉਹ ਤਾਂ ਬਹੁਤ ਮਾੜਾ ਹੋਇਆ ਯਾਰ। ਆ ਮੜਾ ਛਾਂ ਚ ਆ ਜਾ। ਕੀ ਮਾੜਾ ਹੋ ਗਿਆ? ਮੈਂ ਸੁਣਿਆ ਅੱਡ ਹੋ ਗਏ ਤੁਸੀਂ ਭਾਂਡੇ ਖਿੰਡ ਗਏ। ਹੁਣ ਨੂੰ ਕੀ ਹੈ, ਦੁਨੀਆ ਅੱਡ ਉੱਡੀਆਂ ਹੁੰਦੀ ਆਉਂਦੀ ਹੈ। ਉਹ ਯਾਰ ਅੱਡ ਤਾਂ ਹੁੰਦੀ ਆਉਂਦੀ ਹੈ ਬਾਈ ਯਾਰ, ਪਰ ਮੈਂ ਤੈਨੂੰ ਦੱਸਾਂ, ਜਿਹੜਾ ਤੁਹਾਡੇ ਵਾਲਾ ਤਾਰੀ ਹੈ ਤੇ ਤਾਰੀ ਵਾਲੀ ਬਹੂ ਹੈ, ਇਹ ਦੋਨੇ ਬਹੁਤ ਤੇਜ਼ ਨੇ ਬਾਈ। ਉਹ ਕਾਨੂੰਨ ਹੈ ਤੇਜ਼, ਤੁਹਾਨੂੰ ਉਹੀ ਲੱਗੀ ਜਾਂਦਾ, ਮੈਂ ਨਾਲੇ ਨਹੀਂ ਰਹਿੰਦਾ ਸਾਰਾ ਦਿਨ। ਲੈ ਯਾਰ, ਕਿੰਨੀ ਮੇਰੀ ਇੱਜ਼ਤ ਕਰਦਾ ਤਾਰੀ, ਮੈਨੂੰ ਉੱਚਾ ਨਹੀਂ, ਮੈਂ ਵੱਧ ਘੱਟ ਭੋਰਾ ਨਹੀਂ ਬਾਈ। ਵੱਧ ਘੱਟ ਕੀ ਬੋਲੂ, ਕੰਮ ਹੀ ਤੂੰ ਕਰਦਾ, ਤੂੰ ਕਮਾ ਕਮਾ ਕੇ ਉਹਨਾਂ ਨੂੰ ਰੋਟੀ ਦਿੰਦਾ, ਉਹ ਤੈਨੂੰ ਵੱਧ ਘੱਟ ਥੋੜੀ ਬੋਲਣਗੇ। ਕੀਰਤ, ਕਿਹੋ ਜਿਹੀਆਂ ਗੱਲਾਂ ਕਰਦਾ ਤੂੰ? ਐਂ ਕਰ ਲੈ, ਉਹਨੂੰ ਤਾਰੀ ਨੂੰ ਕਹਿ ਵੀ ਲੈ ਕੰਮ ਕਰ ਮੇਰੇ ਬਰਾਬਰ, ਨਾਲੇ ਉਹਦੀ ਘਰਵਾਲੀ ਨੂੰ ਕਹਿ ਮੇਰੇ ਘਰਵਾਲੀ ਦੇ ਬਰਾਬਰ ਕੰਮ ਕਰ, ਫਿਰ ਦੇਖੀ ਤੂੰ। ਸਾਡੇ ਦੋਹੇ ਪੰਜਾਂ 'ਚ ਤਾਂ ਕੋਈ ਫਰਕ ਨਹੀਂ, ਬੜਾ ਪਿਆਰ ਹੈ। ਉਹ ਸਾਡੇ ਵਾਲੀ ਜਨਾਨੀਆਂ ਦੀ ਨਹੀਂ ਬਣਦੀ, ਆਪੇ ਜੂਥ ਪਤੰਗ ਹੋਈ ਜਾਂਦੀਆਂ ਨੇ। ਕੀਰਤ ਮੇਰੀ ਗੱਲ ਸੁਣ, ਕਾਹਨੂੰ ਚੱਕਰਾਂ 'ਚ ਪਿਆ, ਛੱਡ, ਚੱਲ ਆਪਾਂ ਇੱਧਰ ਫਿਰਦੇ ਹਾਂ, ਤੁਹਾਡੀ ਦੂਰ ਆਪਾਂ ਪਿੰਡ ਚੱਲ ਦੋ। ਪਿੰਡ ਤਾਂ ਮੈਂ ਤਾਂ ਪਿੰਡੇ ਜਾਂਦਾ ਸੀਗਾ, ਮੈਂ ਤਾਂ ਇੱਧਰੋਂ ਕੰਮ ਆਇਆ ਸੀ, ਮਾਂ ਉਰੇ ਕਿਵੇਂ ਖੜਾ? ਆਪਣੇ ਘਰ ਦੀ ਹੈ, ਲੜਾ ਲੜਾ ਮਾਰ ਦੋ ਸਾਨੂੰ ਪੰਜਾਂ ਨੂੰ। ਲੈ ਵੀ ਬਿੱਲੇ ਸਿਆ, ਇਹ ਤਾਂ ਨਹੀਂ ਆਪਣੇ ਹੱਥ 'ਚ ਆਉਂਦਾ ਹੈਗਾ, ਇਹ ਤਾਂ ਮੇਰਾ ਸਾਲਾ ਭਾਈ ਭਾਈ ਕਰੀ ਜਾਂਦਾ। ਨਾਲੇ ਤਾਰੀ ਨੂੰ ਦੇਖਦਾ, ਉਹਨੂੰ ਫਸਾਉਣਾ ਆਪਦੇ ਜਾਲ 'ਚ, ਇਹ ਤਾਂ ਨਹੀਂ ਲੋਟ ਆਉਂਦਾ। ਦੇਖ ਲੈ ਭਾਗਵਾਨੇ, ਆ ਘਰ 'ਚ ਕੀ ਕੁਛ ਹੋ ਗਿਆ। ਮੈਂ ਜਦੋਂ ਪਿੰਡ 'ਚ ਕਿਸੇ ਦੇ ਇਹੀ ਜਿਹੀ ਗੱਲ ਹੁੰਦੀ ਹੁੰਦੀ ਸੀ ਨਾ, ਮੈਂ ਸੋਚਦਾ ਹੁੰਦਾ ਵੀ ਮੈਂ ਆਪਦੇ ਘਰ 'ਚ ਕਦੇ ਇਹੋ ਜਿਹਾ ਨਹੀਂ ਕੁਛ ਹੋਣ ਦਿੰਦਾ। ਪਰ ਜਦੋਂ ਦੀਆਂ ਦੋਨੇ ਆਈਆਂ ਨੇ, ਇਹਨਾਂ ਨੇ ਘਰ ਦਾ ਕੀ ਹਾਲ ਬਣਾਤਾ। ਜੇ ਤੂੰ ਹੁੰਦੀ ਇਹਨਾਂ ਨਾਲ ਆਪੇ ਮੱਥਾ ਲਾਉਂਦੀ, ਜਿਹੜਾ ਹੁਣ ਮੈਨੂੰ ਸਾਰਾ ਦੇਖਣਾ ਪੈਂਦਾ, ਮੈਂ ਕੀ ਕਰਾਂ ਹੁਣ। ਤੇ ਮੈਂ ਆਪਦੇ ਗੱਲ ਸਿਆਪਾ ਪਾਲਿਆ, ਵਧੀਆ ਪਹਿਲਾਂ ਆਪ ਚੰਗੀ ਭਲੀ ਕਰ ਲੈਂਦੀ ਸੀ, ਇਕੱਲੀ ਨਾ ਹੈ ਸੀ ਨਾ ਖੇ ਖੇ ਸੀ, ਹੁਣ ਸਾਰਾ ਮੈਨੂੰ ਕਰਨਾ ਪੈਂਦਾ ਜੱਬ ਖਾਨਾ। ਚੱਲ ਕੋਈ ਨੀ, ਅੱਜ ਦਾ ਦਿਨ ਹੀ ਆ, ਬੰਨੀ ਤਾਂ ਵਾਰੀ ਹੈ, ਕੱਲ ਨੂੰ ਉਹਦੀ ਵਾਰੀ ਆ ਜੂਗੀ, ਕਿਹੜਾ ਸਾਰੇ ਮੈਂ ਹੀ ਕਰਨੇ ਆ, ਕੰਮ ਤਾਂ ਵੰਡੋ ਵੰਡੀ ਹੈ। ਨਾ ਕੀ ਗੱਲ, ਅੱਖਾਂ ਤੋਂ ਅੰਨੀ ਹੋਈ ਆ ਤੂੰ? ਕਿਵੇਂ ਝਾਂਕਦੀ ਆ? ਨਾ ਤੂੰ ਅੱਖਾਂ ਤੋਂ ਅੰਨੀ ਹੋ ਗਈ, ਤੈਨੂੰ ਨੀ ਦਿਸਦਾ ਵੀ ਮੈਂ ਝਾੜੂ ਲਾਈ ਜਾਂਦੀ ਉੱਤੇ ਗੰਦੇ ਪੈਰ ਲੈ ਕੇ ਆ ਗਈ ਆ? ਗੰਦੇ ਪੈਰ ਤਾਂ ਤੂੰ ਏਦਾਂ ਕਹੀ ਜਾਂਦੀ ਆ ਜਿਵੇਂ ਤੂੰ ਪੋਚਾ ਲਾਇਆ ਹੁੰਦਾ ਤਾਂ ਮੈਂ ਮਿੱਟੀ ਵਾਲੇ ਪੈਰ ਲੈ ਆਈ ਆ। ਨਹੀਂ ਨਹੀਂ ਅਨਪੜੇ, ਤੂੰ ਆਹੀ ਕੁਛ ਕਰ ਸਕਦੀ ਆ, ਫੇਰ ਕੀ ਹੋ ਗਿਆ, ਅੱਜ ਮਿੱਟੀ ਵਾਲੇ ਪੈਰ ਨਹੀਂ ਲੈ ਕੇ ਆਈ? ਜੇ ਤੈਨੂੰ ਅੱਜ ਨਹੀਂ ਮੈਂ ਝਾੜੂ ਲਾਉਂਦੀ ਦੀ ਸੀ, ਕੱਲ ਨੂੰ ਕਿਹੜਾ ਮੈਂ ਤੈਨੂੰ ਦਿਸੂਗੀ? ਕੱਲ ਨੂੰ ਮਿੱਟੀ ਵਾਲੇ ਪੈਰ ਲੈ। ਨਹੀਂ ਚੁੱਪ ਕਰ ਜਾ ਤੂੰ, ਬਾਲੀ ਪੜ੍ਹੀ ਲਿਖੀ, ਪਤਾ ਮੈਨੂੰ ਕਿੰਨੀ ਕੁ ਪੜ੍ਹਾਈਆਂ ਕੀਤੀਆਂ ਨੇ, ਤੂੰ ਸਮਝ ਆ ਗਈ? ਤੇਰੇ ਤੋਂ ਭਾਵੇਂ ਨਾ ਮੈਂ ਘੱਟ ਪੜ੍ਹੀ ਹੋਵਾਂ, ਪਰ ਤੇਰੇ ਨਾਲੋਂ ਵੱਧ ਅਕਲ ਆ ਮੈਨੂੰ, ਹਾਂ ਜ਼ਿੰਦਗੀ ਦਾ ਸਾਰਾ ਤਜਰਬਾ। ਅੱਛਾ, ਤਜਰਬਾ ਬੋਲਦਾ ਹੈ ਤੇਰਾ? ਹਾਂ ਤੇਰਾ ਹੀ ਬਥੇਰਾ ਬੋਲਦਾ, ਮਾੜੀ ਮੋਟੀ ਅਕਲ ਵੀ ਸਿੱਖ ਲਾ, ਕਿਤੇ ਉਹ ਗੱਲ ਨਾ ਹੋ ਜਾਵੇ ਫਿਰ। ਨਹੀਂ ਮੇਰੀ ਗੱਲ ਸੁਣ ਲੈ, ਮੇਰੇ ਮੂੰਹ ਨਾ ਲੱਗਿਆ ਕਰ। ਤੂੰ ਵੀ ਨਾ ਲੱਗਿਆ ਕਰ ਮੇਰੀ ਗੱਲ ਸੁਣ ਲਾ, ਹੁਣ ਜਦੋਂ ਬਾਪੂ ਨੇ ਕੰਮ ਵੀ ਵੱਢ ਤਾਂ ਫਿਰ ਵੀ ਤੂੰ ਭੌਂਕੀ ਜਾਨੀ ਹੈ? ਜੇ ਮੈਂ ਤੈਨੂੰ ਕੁਛ ਬੋਲੀ ਵੱਧ ਘੱਟ ਤੂੰ ਕਹੇਂਗੀ ਮੇਰੀ ਬੇਇੱਜ਼ਤੀ ਕਰਦੀ ਆ। ਤੇਰੀ ਇੱਜ਼ਤ ਨਾ ਤੇਰੇ ਹੱਥ ਹੀ ਆ, ਆਪਦੀ ਇੱਜ਼ਤ ਲੈ ਕੇ ਚੁੱਪ ਕਰਕੇ ਅੰਦਰ ਵਗ ਜਾ, ਇਹ ਨਾ ਹੋਵੇ ਤੈਨੂੰ ਕੁਛ ਬੋਲ। ਹਾਂ ਕੋਈ ਨਹੀਂ ਭਾਈ, ਆ ਤੁਸੀਂ ਕਿਵੇਂ ਇਕੱਠੀਆਂ ਜਕੜੀ ਹੋ? ਬਾਪੂ ਜੀ ਮੇਰੀ ਗੱਲ ਸੁਣੋ, ਆਪਦੀ ਵੱਡੀ ਨੂੰਹ ਨੂੰ ਟਕਾ ਲਓ, ਐਵੇਂ ਮੇਰੇ ਨਾਲ ਆਟਾ ਲਾਉਣ ਨੂੰ ਫਿਰਦੀ ਆ ਬਿਨ ਮਤਲਬ ਦਾ। ਕੀ ਕਹਿਆ ਭਾਈ? ਇੱਕ ਤਾਂ ਨਾ ਬੁੜਾ ਕਿੱਥੋਂ ਸਾਡੇ ਪੱਲੇ ਪੈ ਗਿਆ, ਭੋਲਾ ਕਿਸੇ ਥਾਂ ਦਾ। ਜਦੋਂ ਵੀ ਘਰ 'ਚ ਕੋਈ ਗੱਲ ਹੁੰਦੀ ਆ, ਇਹਦੇ ਕੰਨ ਪਹਿਲਾਂ ਹੀ ਜਵਾਬ ਦੇ ਜਾਂਦੇ ਆ, ਗੱਲ ਤੈਨੂੰ ਕੋਈ ਸੁਣਦੀ ਨਹੀਂ। ਕਿੰਨੀ ਬਕਵਾਸ ਕਰੀ ਜਾਂਦੀ ਬਾਪੂ, ਕੁਛ ਨਹੀਂ ਜੀ, ਆਹ ਤੁਹਾਡੀ ਮਸ਼ੀਨ ਨਹੀਂ ਲੱਗੀ ਹੋਈ ਕੰਨ ਵਾਲੀ, ਆਹ ਲਾ ਲਓ ਫਿਰ ਇਹਦੀ ਬਕਵਾਸ ਸੁਣਿਓ। ਗੱਲ ਕੀ ਆ ਭਾਈ, ਮੈਨੂੰ ਗੱਲ ਤਾਂ ਦੱਸ ਦਿਓ। ਕੋਈ ਗੱਲ ਨਹੀਂ ਬਾਪੂ ਜੀ, ਅੰਦਰ ਵਗ ਜਾਓ। ਕੋਈ ਗੱਲ ਨਹੀਂ ਬਾਪੂ ਜੀ, ਤੁਸੀਂ ਅੰਦਰ ਆ ਜਾਓ। ਚਲੋ ਤੇਰੇ ਨਾਲ ਤਾਂ ਮੈਂ ਫੇਰ ਗੱਲ ਕਰੂੰਗੀ, ਕੋਈ ਗੱਲ ਨਹੀਂ। ਜਾ ਜਾ ਆਈ ਵੱਡੀ, ਤੂੰ ਮੇਰੇ ਨਾਲ ਗੱਲਾਂ ਕਰਨ ਵਾਲੀ, ਉਈ ਹਿਟਲਰ ਬਣੀ ਫਿਰਦੀ ਆ, ਲੈ ਦੱਸੇ ਘਰ 'ਚ ਤੇਰੇ ਵਰਗੀ ਨੂੰ ਮੈਂ ਟਿੱਚ ਜਾਣਦੀ ਆ। ਤੂੰ ਕਿਵੇਂ ਘਰੋਂ ਬਾਹਰ ਹੋਈ ਬੈਠੀ ਆ ਹੁਣ? ਕੀ ਕਰਾਂ, ਘਰੇ ਤਾਂ ਮੈਨੂੰ ਕੋਈ ਦੇਖ ਕੇ ਨਹੀਂ ਜਰਦਾ। ਕੀ ਗੱਲ ਹੋ ਗਈ, ਕਿਸੇ ਟਾਈਮ ਚੁੱਪ ਵੀ ਕਰੋਗੇ ਕਿ ਨਾ? ਤੁਹਾਡੇ ਵਾਲੀ ਭਰਜਾਈ ਦੇਖ ਲਓ, ਮੇਰੇ ਨਾਲ ਜਾਣ ਜਾਣ ਕੇ ਪੰਗੇ ਲੈਂਦੀ ਆ,
ਫਿਰ ਤੁਸੀਂ ਕੀ ਕਹਤਾ ਹੁਣ ਉਹਨੇ ਮੈਨੂੰ ਮਾੜੀ ਕਹਿਣ ਲੱਗ ਜਾਂਦੇ ਹੋ ਹਾਂ ਕੀ ਕਹਤਾ ਹੁਣ ਉਹਨੇ ਚੰਗਾ ਬੜਾ ਝਾੜੂ ਲਾਈ ਜਾਂਦੀ ਸੀ ਚੱਕ ਗੰਦੇ ਪੈਰ ਲੈ ਕੇ ਉੱਤੇ ਵਗ ਗਈ ਵੀ ਉਹਨੂੰ ਵੀ ਤਾਂ ਦੀਂਦਾ ਮੈਂ ਕੰਮ ਕਰੀ ਜਾਂਦੀ ਹਾਂ ਸੋਡਾ ਤਾਂ ਨਾ ਅਸਲ ਨਿੱਕੀ ਨਿੱਕੀ ਗੱਲ ਤੇ ਕਲੇਸ਼ ਹੋ ਗਿਆ ਇੱਕ ਉਹੀ ਨਹੀਂ ਬੰਦਾ ਬੁਰਾ ਲੱਗਣ ਲੱਗ ਜਾਂਦਾ ਆਪਣੂੰ ਚਾਹੇ ਚੰਗਾ ਹੋਵੇ ਉਹੀ ਬੁਰਾ ਲੱਗਣ ਲੱਗ ਜਾਂਦਾ ਵੀ ਦੇਖਣ ਸ਼ਕਲ ਹੀ ਨਹੀਂ ਪਸੰਦ ਹੁੰਦੀ ਆਪਾਂ ਨੂੰ ਸੋਡਾ ਹੁਣ ਉਹ ਮਸਲਾ ਹੋ ਰਿਹਾ ਇੱਕ ਦੂਜੇ ਪ੍ਰਤੀ ਹਾਂ ਬਸ ਮੈਨੂੰ ਕਹਿ ਦਿਆ ਕਰੋ ਕਾਹਨੂੰ ਤੁਹਾਨੂੰ ਕੁਝ ਦੀਂਦੇ ਘਰ 'ਚ ਰਹਿੰਦੇ ਹਨ ਮੈਨੂੰ ਤਾਂ ਆਪ ਹੀ ਨਹੀਂ ਦਿੰਦਾ ਪਰ ਉਹੀ ਤਾਂ ਗੱਲ ਹੈ ਤੂੰ ਨਹੀਂ ਉਹਦੇ ਨਾਲ ਨਹੀਂ ਬੋਲਦੀ ਉਹ ਤੇਰੇ ਨਾਲ ਨਹੀਂ ਬੋਲਦੀ ਉਹ ਕਹਿੰਦੀ ਮੈਂ ਉਹਦੇ ਨਾਲ ਨਹੀਂ ਕੱਢਦੀ ਤੂੰ ਕਹਿੰਦੀ ਮੈਂ ਉਹਦੇ ਨਾਲ ਨਹੀਂ ਕੱਢਦੀ ਤੂੰ ਬਾਰੇ ਬੈਠੀ ਹੁਣ ਅੰਦਰ ਬੈਠੀ ਹੁਣ ਚੱਲ ਛੱਡੋ ਇਹ ਗੱਲਾਂ ਇਹ ਤਾਂ ਕੰਜਰ ਪਲੇਸ ਆਈ ਚੱਲਣਾਗਾ ਤੁਸੀਂ ਸ਼ਹਿਰ ਗਏ ਸੀ ਕੀ ਲੈ ਕੇ ਆਉਣਾ ਲੈ ਕੇ ਕੀ ਆਉਣਾ ਮੈਂ ਕੁਝ ਵੀ ਨਹੀਂ ਲੈ ਕੇ ਆਉਣਾ ਜਿਹੜੇ ਕੰਮ ਗਿਆ ਤੇ ਉਹਦਾ ਕਰਿਆ ਆ ਲੈ ਆਪਦੇ ਲਈ ਨਾ ਸਹੀ ਬੰਦਾ ਘੱਟੋ ਘੱਟ ਮੇਰੇ ਲਈ ਤਾਂ ਲੈ ਆਉਂਦੇ ਕੁਛ ਹੁਣ ਤੈਨੂੰ ਕੀ ਚੀਜ਼ ਦੀ ਘਾਟ ਰਹਿੰਦੀ ਹੈ ਮੈਨੂੰ ਇਹ ਤਾਂ ਦੱਸ ਦੇ ਤੂੰ ਤਾਂ ਰਾਜ ਦੀ ਨਹੀਂ ਹੁਣ 4 ਦਿਨ ਪਹਿਲਾਂ ਤਾਂ ਤੈਨੂੰ ਮੋਬਾਈਲ ਲਿਆ ਕੇ ਦਿੱਤਾ ਹੁਣ ਅੱਜ ਕੀ ਲੈ ਕੇ ਆਉਣਾ ਸੀ 100 ਚੀਜ਼ਾਂ ਹੁੰਦੀਆਂ ਬੰਦਾ ਉਹੀ ਪੁੱਛ ਲੈਂਦਾ ਫੋਨ ਲਾ ਕੇ ਵੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਤੈਨੂੰ ਹਾਂ ਬਸ ਬਹਾਨਾ ਚਾਹੀਦਾ ਹੁਣ ਉਹੀ ਮੂੰਹ ਬਣਾਉਣ ਦਾ ਗੁੱਸਾ ਮੇਰੇ ਤੇ ਤਾਰੇ ਕਿ ਲੜਕੇ ਉਧਰ ਆਈਆਂ ਓਏ ਬਸ ਮੈਂ ਤਾਂ ਨਾ ਤੁਹਾਡਾ ਸਾਰਿਆਂ ਦਾ ਜਿੰਨਾ ਮਰਜ਼ੀ ਕਰ ਲਾਂ ਪਰ ਤੁਸੀਂ ਤਾਂ ਰਾਜੀ ਹੋ ਨਹੀਂ ਹੁੰਦੇ ਸਾਰੇ ਜਾਣੇ ਤੁਸੀਂ ਨਹੀਂ ਖੁਸ਼ ਹੋ ਸਕਦੇ ਕਦੇ ਵੀ ਮੇਰੇ ਤੋਂ ਚੰਗਾ ਬਾਬਾ ਚਾਹ ਦੀ ਘੁੱਟ ਬਣਾ ਦੇ ਪੀ ਲਾਂ ਮੈਂ ਤਾਂ ਚਾਹ ਦੀ ਘੁੱਟ ਬਣਾ ਹੀ ਦੇਣੀ ਆ ਮੈਂ ਕਿਉਂ ਮਨਾ ਕਰਨਾ ਮੈਂ ਤਾਂ ਫੇਰ ਵੀ ਕਦਰ ਕਰਦੀ ਆ ਤੁਹਾਡੀ ਬਣਾ ਦੇ ਮੈਂ ਬੈਠਾ ਜਾਂ ਛੱਡ ਕੁਰਸੀ ਫਿਰ ਨਿਭਾਈ ਆਉਂਦਾ ਅੰਦਰ ਹੀ ਆ ਜਾਓ ਹੁਣ ਇੱਥੇ ਬੈਠ ਕੇ ਕੀ ਕਰਨਾ ਚੱਲ ਆਉਣਾ ਇੰਨੇ 2 ਮਿੰਟ ਬਹਿ ਜਾ ਅੰਦਰ ਕਿਹੜਾ ਉਹੀ ਗੱਲ ਚੱਜ ਦੇ ਮੂੰਹ ਲਈ ਬੈਠੇ ਹੋ ਅੰਦਰ ਉਹ ਭੱਖੀ ਬੈਠੀ ਹੋਣੀ ਉਹ ਜਾਣ ਸਾਰ ਕਹਿ ਦੂਗੀ ਵੀ ਹਾਂ ਤੇਰੇ ਵਾਲੀ ਮੈਨੂੰ ਐਂ ਕਹਿੰਦੀ ਆ ਤੇਰੇ ਵਾਲੀ ਐਂ ਕਹਿੰਦੀ ਆ ਸਾਰੀ ਤਾਂ ਸੱਚੀ ਹੋ ਘਰੇ ਆ ਬੈਠੇ ਇਹਦਾ ਕਹਿਣ ਜੀ ਮੈਂ ਖੇਤ ਆ ਜੂੰਗਾ ਓਹੋ ਬਾਈ ਕਿਹੜੀਆਂ ਗੱਲਾਂ ਕਰਦਾ ਤੂੰ ਕਹਿਣ ਤੇ ਕਰਨ 'ਚ ਬਹੁਤ ਫਰਕ ਹੁੰਦਾ ਤੈਨੂੰ ਮੈਂ ਕਿਹਾ ਤਾਂ ਹੈਗਾ ਦੀ ਯਾਰ ਨਾਲੇ ਜਦੋਂ ਅਗਲੇ ਨੂੰ ਸਾਰਾ ਕੁਛ ਬਣਿਆ ਬਣਾਇਆ ਮਿਲਦਾ ਹੈ ਪੱਕਿਆ ਪਕਾਇਆ ਮਿਲ ਰਿਹਾ ਉਹਨੂੰ ਕੀ ਲੋੜ ਆ ਮਿਹਨਤ ਕਰਨ ਦੀ ਕਰਦਾ ਤੂੰ ਫਿਰੀ ਜਾ ਉਹ ਬੈਠਾ ਡੋਰ ਨਾਲ ਆ ਜਾ ਛੋਟੀਆਂ ਜੜਾਂ ਤਾਂ ਮੈਂ ਪੱਟੂ ਜੇ ਦੋਨੇ ਭਰਾਵਾਂ ਨੂੰ ਨਾ ਅੱਡ ਕਰਾਇਆ ਨਾ ਮੈਨੂੰ ਬਿੱਲਾ ਨਾ ਜਾਣਿਓ